ਜਿੰਨੀ ਔਕਾਤ ਹੈਗੀ ਆ ਸਾਡੀ ਉਹਦੇ ਵਿੱਚ ਰਹੀਏ। ਔਕਾਤ ਤੋਂ ਬਾਹਰ ਕੁਛ ਵੀ ਕਰਾਂਗੇ, ਕਿਉਂਕਿ ਸਾਨੂੰ ਲੱਗਦਾ ਇੱਦਾਂ ਜ਼ਿਆਦਾ ਹੀ ਕਰਾਂਗੇ ਬੁੱਢੀਆਂ ਗੱਲਾਂ। ਸਾਡੇ ਬੰਦੇ ਫੁਕਰਾ ਕਿਹਨੂੰ ਕਹਿੰਦੇ ਆ? ਜਦੋਂ ਇਹ ਲੱਗਣ ਲੱਗ ਪੈਂਦਾ ਨਾ ਵੀ ਇੱਦਾਂ ਆਹ ਤਾਂ ਗੱਲ ਕੁਛ ਵੀ ਨੀ ਹੈਗੀ, ਆਹ ਕਰਨੀ ਚਾਹੀਦੀ ਆ, ਫੇਰ ਪਤਾ ਲੱਗੋ ਜਾਣੀ। ਠੀਕ ਆ, ਉਹਦੇ ਵਿੱਚ ਜਿਹੜੀ ਅਸਲੀਅਤ ਆ ਨਾ ਤੁਹਾਡੇ ਆਲੇ ਦੁਆਲੇ ਵਾਲੇ ਜਿਹੜੇ ਆ ਉਹ ਚੰਗੀ ਤਰ੍ਹਾਂ ਜਾਣਦੇ ਹੁੰਦੇ ਆ। ਠੀਕ ਆ, ਉਹਨੂੰ ਤੁਸੀਂ ਜੇ ਕਹੋ ਵੀ ਉਹਨਾਂ ਤੋਂ ਛੁਪਾ ਲੈਣਾ ਤੁਸੀਂ ਕੁਛ, ਹਾਂਜੀ ਹਨਾ, ਜਿਹੜੇ ਕਲੋਜ਼ ਬੰਦੇ ਹੁੰਦੇ ਜਿਹੜੇ ਨੂੰ ਬੱਚਿਆਂ ਦਾ ਪਤਾ ਹੀ ਹੁੰਦਾ ਹੈ, ਤੁਸੀਂ ਉਹ ਤੁਸੀਂ ਜੋ ਜੋ ਤੁਸੀਂ ਕਹਿਣਾ ਵੀ ਆ ਨਾ, ਹਾਂਜੀ, ਜਿਹੜੀ ਗੱਲ ਤੁਸੀਂ ਟਿੱਪਣੀ ਵੀ ਕਰਨੀ ਆ, ਜੇ ਤੁਸੀਂ ਭਲੇ ਦੀ ਵੀ ਕਰਨੀ ਆ ਹਨਾ, ਜਿਹਦੀ ਔਕਾਤ ਨੀ ਹੈਗੀ ਤੁਹਾਡੀ, ਰਾਈਟ, ਉਹ ਗੱਲ ਤੁਸੀਂ ਕਿਸੇ, ਮੈਂ ਹੁਣ ਆਪਣੀ ਔਕਾਤ ਤੋਂ ਬਾਹਰ ਮੈਂ ਤੁਹਾਡੇ ਫੇਵਰ ਦੀ ਗੱਲ ਕਰੂੰਗਾ, ਰਾਈਟ, ਉਦੋਂ ਵੀ ਤੁਹਾਨੂੰ ਉਹ ਚੰਗੀ ਨੀ ਲੱਗਣੀ। ਬਿਲਕੁਲ, ਠੀਕ ਆ, ਠੀਕ, ਤੁਹਾਨੂੰ ਲੱਗਣਾ ਆ ਇੱਦਾਂ ਪਈ, ਨਹੀਂ ਨਹੀਂ ਤੂੰ ਤੂੰ ਜੋ ਕਹਿ ਰਿਹਾ ਝੂਠ ਕਹਿ ਰਿਹਾ ਆ, ਇੰਨੇ ਜੋਗਾ ਥੋੜੋ ਆ ਤੂੰ, ਰਾਈਟ, ਠੀਕ ਆ। ਫੇਰ ਇੱਕ ਜਗ੍ਹਾ ਇੱਥੇ ਕਲਿੱਪ ਸੀਗਾ ਇੱਕ, ਮੈਂ ਦੇਖਦਾ ਜੀ, ਪਿੰਡਾਂ ਚ ਆਪਣੇ ਦੇਖਦੇ ਹੋ ਨਾ ਜਦੋਂ ਜੱਟਾਂ ਦੇ ਦੋ ਧੜੇ ਆਪਸ ਵਿੱਚ, ਨਹੀਂ ਸੋਰੀ ਗਲਤੀ ਆ ਜੀ, ਆਇਆ ਇੱਕ ਲੇਡੀ ਦਾ ਪਿਆਰ ਹਸਬੈਂਡ ਵਾਈਫ ਦਾ ਕਿੰਨਾ ਹੁੰਦਾ ਸਭ ਨੂੰ ਪਤਾ। ਇੱਕ ਬੰਦਾ ਰਾਤ ਨੂੰ 11:30 ਆਪਣੀ ਦਿਲ ਦੀ ਗੱਲ ਆਪਣੀ ਵਾਈਫ ਨਾਲ ਮੋਬਾਈਲ ਫੋਨ ਤੇ ਕਰ ਰਿਹਾ, ਆਪਣੀ ਵਾਈਫ ਨੂੰ ਕਹਿ ਰਿਹਾ ਰਾਤ ਨੂੰ 11:30 ਕਹਿੰਦਾ ਡਾਰਲਿੰਗ ਮੈਂ ਤੇਰੇ ਸਾਹਮਣੇ ਸ਼ਾਇਦ ਇਹ ਗੱਲ ਨਾ ਕਹਿ ਸਕਾਂ, ਮੈਂ ਤੇਰੇ ਸਾਹਮਣੇ ਨਾ ਕਹਿ ਸਕਾਂ, ਇਸ ਕਰਕੇ ਫੋਨ ਤੇ ਕਹਿ ਰਿਹਾ ਵੀ ਜਿਸ ਦਿਨ ਦੀ ਤੂੰ ਮੇਰੀ ਫੈਮਿਲੀ 'ਚ ਆਈ ਆ, ਮੇਰਾ ਮਾਂ ਬਾਪ ਦਾ ਇੰਨਾ ਮਾਣ ਵੱਧ ਗਿਆ, ਮੇਰੀ ਫੈਮਿਲੀ ਦਾ, ਮੇਰੇ ਬੱਚੇ, ਮੇਰੇ ਤਾਏ, ਮੇਰੇ ਭਤੀਜੇ ਮੈਨੂੰ ਇੰਨਾ ਪਿਆਰ ਕਰਦੇ ਆ, ਇੰਨਾ ਤੈਨੂੰ ਪਿਆਰ ਕਰਦੇ ਆ, ਮੈਂ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਸੱਚਿਆ ਪਾਤਸ਼ਾਹ ਜੇ ਕਿਸੇ ਨੂੰ ਘਰ ਵਾਲੀ ਦਵੇ ਤਾਂ ਤੇਰੇ ਅਰਗੀ ਦਵੇ, ਸੱਚੀ ਗੱਲ ਆ। ਉਹ ਪਤਾ ਕੀ ਕਹਿੰਦੀ ਅੱਗੋਂ, ਕਹਿੰਦੀ ਝੁਲਸ ਲਿਆ ਚੌਥਾ ਪੈਗ, ਝੁਲਸ ਲਿਆ ਆ ਜਾਓ ਘਰੇ ਆ ਜਾਓ, ਕੁਛ ਨੀ ਕਹਿੰਦੀ ਘਰੇ ਆ ਜਾਓ, ਕੁਛ ਨੀ ਕਹਿੰਦੀ, ਕਹਿੰਦਾ ਗੇਟ ਖੋਲ ਬਾਹਰ ਖੜਾ। ਜਿਹੜਾ ਨਾ ਜਿਹੜੀ ਤੁਹਾਡੀ ਜੇ ਤੁਸੀਂ ਆਪਣੀ ਔਕਾਤ ਤੋਂ ਬਾਹਰ ਕੁਛ ਵੀ ਕਹਿੰਦੇ ਆ, ਠੀਕ ਆ, ਕਿੰਨਾ ਸੌਖਾ ਆ ਤੁਹਾਡਾ, ਕੋਈ ਡਰ ਨੀ ਤੁਹਾਨੂੰ, ਖੁਦ ਰੱਬ ਬਣ ਕੇ ਵਿਚਰਦੇ ਆ। ਰੱਬ ਹੋਣਾ ਜਿਹੜਾ ਜਦੋਂ ਨਾ ਖੁਦ ਮੁਖਤਿਆਰ ਹੋਣਾ ਆ ਉਦੋਂ ਇਹ ਨੀ ਵੀ ਪਰਫੈਕਟ ਹੋਣਾ ਆ, ਉਹਦੀ ਡੈਫੀਨੇਸ਼ਨ ਕੋਈ ਨੀ ਹੈਗੀ ਦੁਨੀਆਂ ਚ, ਬਿਊਟੀ ਦੀ ਕੋਈ ਡੈਫੀਨੇਸ਼ਨ ਨੀ ਹੈਗੀ। ਅੰਗਰੇਜ਼ੀ ਦੀ ਉਹ ਕਹਾਵਤ ਆ ਨਾ ਵੀ ਬਿਊਟੀ ਜਿਹੜੀ ਅੱਖਾਂ ਦੇ ਵਿੱਚ ਦੇਖਣ ਵਾਲੇ ਦੀਆਂ ਅੱਖਾਂ ਚ ਹੁੰਦੀ ਆ, ਰਾਈਟ, ਮਜਨੂੰ ਨੂੰ ਕਹਿੰਦਾ ਸੀ ਨਾ ਕੋਈ ਲੈਲਾ ਕਾਲੀ ਆ, ਇਹ ਥੋੜੀ ਜਿਹੜਾ ਹੁਣ ਆਪਣਾ ਬੱਚਾ ਆ, ਕਿਸੇ ਨੂੰ ਹੈ ਕੋਈ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਏਦਾਂ ਤੈਅ ਕਰ ਸਕਦਾ ਵੀ ਏਦਾਂ ਦਾ ਹੋਵੇ ਬੱਚਾ ਫਿਰ ਮੈਂ ਪਿਆਰ ਕਰੂੰਗਾ ਉਹਨੂੰ? ਬਿਲਕੁਲ ਨਹੀਂ ਨਾ, ਜਿਹੜਾ ਪਿਆਰ ਆ ਤੁਹਾਡੇ ਤਾਂ ਜਿਹਨੂੰ ਤੁਸੀਂ ਪਿਆਰ ਕਰਦੇ ਆ ਉਹਦੇ ਵਿਚਾਲੇ ਇੱਕ ਕਨੈਕਸ਼ਨ ਆ, ਬਿਲਕੁਲ, ਉੱਥੇ ਇਹ ਕੋਈ ਪੈਮਾਨਾ ਨਹੀਂ ਹੈਗਾ ਵੀ ਕਿੱਦਾਂ ਦਾ ਹੋ ਗਿਆ, ਕੋਈ ਰੂਪ ਨਹੀਂ ਹੈਗਾ, ਕੋਈ ਰੂਪ ਨਹੀਂ ਹੈਗਾ, ਜਿਹੜਾ ਸੋਹਣਾ ਲੱਗਣਾ ਆ। ਵੈਸੇ ਵੀ ਹਰੇਕ ਉਹ ਜਾਣੀ ਉਹ ਕਹਿੰਦੇ, ਮੈਂ ਸੁਣਦਾ ਸੀ ਚਿਰ ਹੋ ਗਿਆ ਮੈਨੂੰ, ਰਜਨੀਸ਼ ਨੇ ਸ਼ਾਇਦ ਗੱਲ ਕਹੀ ਆ, ਉਹ ਕਹਿੰਦਾ ਵੀ ਦੁਨੀਆਂ ਚ ਇੱਦਾਂ ਦੇ ਵੀ ਕਬੀਲੇ ਹੈਗੇ ਆ, ਜਿੱਦਾਂ ਹੁਣ ਅਸੀਂ ਕਹਿੰਦੇ ਆ ਸਾਡੇ ਜਦੋਂ ਗੱਲ ਕੀਤੀ ਜਾਂਦੀ ਆ ਵੀ ਲੱਕ ਪਤਲਾ ਹਨਾ, ਵੀ ਲੰਬਾ ਨੱਕ, ਠੀਕ ਹਨਾ, ਵੀ ਲੰਬੀ ਧੌਣ ਹਨਾ, ਵੀ ਬਰੀਕ ਬੁੱਲ, ਠੀਕ ਹਨਾ, ਹੁਣ ਉਹ ਕਹਿੰਦੇ ਇੱਦਾਂ ਦੇ ਕਬੀਲੇ ਹੈਗੇ ਆ ਵੀ ਜਦੋਂ ਬੱਚੇ ਜੰਮਦੇ ਨਾ ਕੁੜੀਆਂ ਦੇ ਖਾਸ ਕਰਕੇ ਬੁੱਲਾਂ ਦੇ ਉੱਤੇ ਚੂੰਡੀਆਂ ਲਾਉਂਦੇ ਆ, ਰਾਈਟ, ਵੀ ਮੋਟੇ ਹੋਣ ਬੁੱਲ, ਠੀਕ, ਉਹਨਾਂ ਦੇ ਜਾਣੀ ਚਿਹਰਾ ਜਿਹੜਾ ਆ ਨਾ ਉਹਨੂੰ ਜਦੋਂ ਦੇਖਿਆ ਜਾਂਦਾ ਤੇ ਜਿਹੜੇ ਮੋਟੇ ਬੁੱਲ ਆ ਉਹਨੂੰ ਸੁਹੱਪਣ ਵਜੋਂ ਦੇਖਿਆ ਜਾਂਦਾ, ਰਾਈਟ, ਠੀਕ, ਸਾਰਿਆਂ ਦੇ ਹਰੇਕ ਨੂੰ ਇਹ ਪੈਮਾਨਾ ਆਪੋ ਆਪਣਾ ਆ ਸਾਰਿਆਂ, ਫਿਰ ਬਸ ਫਿਰ ਸਾਨੂੰ ਅਸੀਂ ਇੱਦਾਂ ਇਹ ਕੋਸ਼ਿਸ਼ ਬਿਨਾਂ ਕਰੀਏ ਵੀ ਕਿੱਦਾਂ ਦੇ ਬਣਨਾ ਆ, ਅਸੀਂ ਜਿੱਦਾਂ ਦੇ ਹੈਗੇ ਆ ਉਹਦੇ ਵਿੱਚ ਜੋ ਵੀ ਹੈਗਾ ਸਾਡੇ ਕੋਲ ਫਾਇਦਾ ਉਹਦੇ ਚ ਹੀ ਆ, ਉਹਦੇ ਵਿੱਚ ਜਿਹੜੇ ਜਿਹੜੇ ਖਿੱਤੇ ਚ ਜਿਹੜੇ ਪਾਸੇ ਜਿਹੜੇ ਖੇਤਰ ਵਿੱਚ ਸਾਡੇ ਚ ਕੋਈ ਖਾਸੀਅਤ ਹੈਗੀ ਆ ਜਿੱਧਰ ਸਾਨੂੰ ਜ਼ਿਆਦਾ ਪੈਸ਼ਨ ਆ ਉਸ ਪਾਸੇ ਨੂੰ ਅਸੀਂ ਕੰਮ ਕਰਨਾ ਸ਼ੁਰੂ ਕਰ ਦਈਏ,
ਤੇ ਬਸ ਸਾਡੀ ਪਰਸਨੈਲਿਟੀ ਦਾ ਆਭਾਰ ਇੱਕ ਤਰ੍ਹਾਂ ਦੀ ਸ਼ਖਸੀਅਤ ਜਿਹੜੀ ਆ ਨਾ ਸਾਡੀ ਪਹਿਚਾਣ ਜਿਹੜੀ ਆ ਉਸ ਖੇਤਰ ਵਿੱਚ ਸਾਡੀ ਵਧੀਆ ਬਣ ਜਾਣੀ ਬਿਲਕੁਲ ਆਪੇ ਸਾਰਿਆਂ ਨੇ ਤੁਹਾਨੂੰ ਉਸ ਕਰਕੇ ਜਾਣਨ ਲੱਗ ਪੈਣਾ ਚਲੋ ਆਪਾਂ ਸੁਣਦੇ ਹਾਂ ਜੀ ਕੁਲਦੀਪ ਸਿੰਘ ਇਹ ਤਕਰੀਬਨ 1920 ਦੇ ਅਰਲੀ ਦੇ ਵਿੱਚ ਸਟਾਰਟ ਹੋਈ ਤੇ ਉਸ ਤੋਂ ਬਾਅਦ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਬਣਿਆ 1925 ਦੇ ਵਿੱਚ ਤੇ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਇਹ ਸਾਰਾ ਪ੍ਰਬੰਧ ਸੀ ਆਪਣੇ ਹੱਥਾਂ ਦੇ ਵਿੱਚ ਲਿਆ ਭਾਵੇਂ ਉਸ ਵੇਲੇ ਬ੍ਰਿਟਿਸ਼ ਇੰਡੀਆ ਸੀ ਪਰ ਗੁਰਦੁਆਰਿਆਂ ਦਾ ਕੰਟਰੋਲ ਸੀ ਜਿਹੜਾ ਕਬਜ਼ਾ ਸੀ ਉਹ ਮਹੰਤਾਂ ਦੇ ਹੱਥਾਂ ਚ ਸੀ ਬੋਲਣ ਜੋਗੇ ਨੀ ਨਾ ਏਦਾਂ ਠੀਕ ਇਹਨਾਂ ਨੂੰ ਤਾਂ ਇਹ ਆ ਵੀ ਜਾਣੀ ਏਦਾਂ ਕਰਕੇ ਪੇ ਹੱਕ ਸੱਚ ਦੀ ਆਵਾਜ਼ ਏਦਾਂ ਪੁੱਤਰਾਂ ਦੇ ਦਾਨੀ ਏਦਾਂ ਫਲਾਨਾ ਫਲਾਨਾ ਕਹਿ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਹੁਤ ਵੱਡੇ ਵਿਦਵਾਨ ਨੂੰ ਲੈ ਕੇ ਤੁਹਾਡੇ ਨਾਲ ਆ ਰਿਹਾ ਆ ਕਰਕੇ ਤੇ ਉਹਨੂੰ ਲਿਆ ਕੇ ਲੈਣ ਤੇ ਆਪ ਹੋਰ ਕਰ ਲਾ ਪਤਾ ਨੀ ਕਿੰਨਾ ਕੁ ਟਾਈਮ ਲਾਉਂਦੇ ਉਹ ਅਸੀਂ ਤਾਂ ਸੁਣਿਆ ਚਲੋ ਥੋੜੀ ਮਾੜਾ ਮੋਟਾ ਪਤਾ ਲੱਗ ਰਿਹਾ ਪਰ ਜਿੰਨੇ ਪਹਿਲੀ ਵਾਰੀ ਸੁਣਨਾ ਲੱਗਦਾ ਕੀ ਹੋ ਰਿਹਾ ਨਾ ਅੱਜ ਤਾਂ ਕੁਛ ਨੀ 5-7 ਮਿੰਟ ਹੋ ਗਏ ਨੇ ਉਹਨੂੰ ਵੀ ਲੈਕਚਰਾਂਗ ਨਾ ਕਰੀ ਨਾ ਗੱਲ ਜੇ ਤਾਂ ਨਾਰਮਲ ਗੱਲ ਕਰੀ ਫਿਰ ਵੀ ਸਾਹ ਵੀ ਲੈ ਜਾਓ ਵੀ ਕੋਈ ਔਖਾ ਨੀ ਲੱਗਦਾ ਜੇ ਉਹ ਗੱਲ ਲੈਕਚਰ ਬਾਅਦ ਕਰਦਾ ਭਾਰੀ ਭਾਰੀ ਕਰਦਾ ਏਦਾਂ ਬਣਾ ਕੇ ਕਿਉਂਕਿ ਜਾਣੀ ਉਹ ਕਹਿੰਦੇ ਵੀ ਜਿਹੜਾ ਜਿਹੜਾ ਨਾ ਫੁਕਰਾ ਬੰਦਾ ਆ ਉਹਦੀ ਡੈਫੀਨੇਸ਼ਨ ਜਿਹੜੀ ਕਪੂਰ ਨੇ ਦਿੱਤੀ ਆ ਉਹ ਕਹਿੰਦਾ ਵੀ ਉਹ ਕਮੀਣੀ ਗੱਲ ਨੂੰ ਕਮੀਣੇ ਬੰਦਿਆਂ ਸਾਹਮਣੇ ਕਮੀਣੇ ਢੰਗ ਨਾਲ ਕਰਿਆ ਏਦਾਂ ਵੱਡੇ ਬਣਾ ਕੇ ਪੇਸ਼ ਕਰਦਾ ਏਦਾਂ ਵੀ ਦੁਨੀਆਂ ਕਹੇ ਵੀ ਜਿਹੜੀ ਆਹ ਗੱਲ ਆ ਨਾ ਆਹ ਤਾਂ ਪਹਿਲੀ ਵੀ ਕਬਜ਼ਾ ਰਾਜ ਅੰਗਰੇਜ਼ਾਂ ਦਾ ਸੀਗਾ ਤੇ ਗੁਰਦੁਆਰੇ ਮਹੰਤਾਂ ਦੇ ਕਬਜ਼ੇ ਫਿੱਟੇ ਮੂੰਹ ਤੁਹਾਡੇ ਸਾਡੀ ਲੀਡਰਸ਼ਿਪ ਇਹ ਸੋਚਦੀ ਆ ਵੀ ਅੰਗਰੇਜ਼ਾਂ ਨੇ ਰਾਜ ਕਰ ਲਿਆ ਹਿੰਦੁਸਤਾਨ ਤੇ ਜਾ ਕੇ ਕੰਟਰੀ ਦਾ ਕੰਟਰੋਲ ਤਾਂ ਲਿਆ ਲੈ ਤੇ ਗੁਰਦੁਆਰੇ ਮਹੰਤਾਂ ਲਈ ਛੱਡਿਓ ਸੀ ਮਹੰਤ ਕੀ ਨੀ ਬਿਠਾਲੇ ਆ ਹਨਾ ਵੀ ਮੂਰਖੋ ਤੁਹਾਡੀ ਉਹ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਅਗਲੇ ਨੂੰ ਚੰਗੀ ਤਰ੍ਹਾਂ ਪਤਾ ਆ ਜਦੋਂ ਉਹਨਾਂ ਨੂੰ ਇਹ ਪਤਾ ਨਾ 40 ਸਾਲ ਦੇਖਦੇ ਆ ਉਹ ਵੀ ਇਹਨਾਂ ਦੇ ਅੰਦਰ ਰਾਜ ਦੇ ਲਈ ਕਿਰਪਾਨ ਕਹਿੰਦੇ ਇੱਦਾਂ ਦੇ ਵੀ ਸੀਗੇ ਫੌਜੀ ਸ਼ਾਇਦ ਸ਼ਾਮ ਸਿੰਘ ਅਟਾਰੀ ਬਾਰੇ ਗੱਲ ਕਹਿੰਦੇ ਆ ਵੀ ਉਹਦੇ ਮਰੇ ਉਹਦੇ ਮੁੱਠੇ ਚੋਂ ਕਿਰਪਾਨ ਨੀ ਸੀ ਛੁੱਟ ਰਹੀ ਏਦਾਂ ਦੀ ਏਦਾਂ ਪਕੜ ਸੀ ਜਾਣੀ ਹਥਿਆਰਾਂ ਦੇ ਲਈ ਕਿਉਂਕਿ ਉਹ ਜਿਹੜੀ ਗੁਲਾਮੀ ਵਿੱਚੋਂ ਨਿਕਲੇ ਸੀ ਜਦੋਂ ਆਜ਼ਾਦੀ ਦਾ ਨਿੱਘ ਮਾਣਿਆ ਜਦੋਂ ਖੁਦ ਮੁਖਤਿਆਰੀ ਆਈ ਆ ਤੇ ਉਹਨਾਂ ਦੇ ਅੰਦਰ ਅੱਗ ਬਲੀ ਪਈ ਸੀ ਵੀ ਏਦਾਂ ਮੁੜ ਕੇ ਨੀ ਅਸੀਂ ਥੱਲੇ ਜਾਣਾ ਆਪਣੇ ਤੌਰ ਤੇ ਹਨਾ ਉਹ ਅਗਲੇ ਨੇ ਉਹ ਸਾਰਾ ਕੁਛ ਜਿਹੜਾ ਆ ਉਹ ਸਨ ਲਾਉਣ ਦੇ ਲਈ ਪੂਰੀ ਹਿੰਦੂ ਲੌਬੀ ਜਿਹੜੀ ਆ ਉਹ ਡੋਗਰੇ ਜਿਹੜੇ ਆ ਜਿੰਨੇ ਵੀ ਬੰਦੇ ਆ ਉਹ ਸਾਰੇ ਵਰਤੇ ਉਹਨਾਂ ਨੇ ਚੰਗੀ ਤਰ੍ਹਾਂ ਪਤਾ ਸੀ ਉਹਨਾਂ ਨੂੰ ਵੀ ਕੀ ਇਹਨਾਂ ਦੇ ਗੁਰਦੁਆਰਿਆਂ ਦਾ ਸਿਸਟਮ ਆ ਕੀ ਕਿੱਥੇ ਕਿੱਥੋਂ ਇਹਨਾਂ ਨੂੰ ਤਾਕਤ ਮਿਲਦੀ ਆ ਸਾਰੀ ਉਹ ਮੁਸਲਮਾਨਾਂ ਜਾ ਕੇ ਸ਼ਰੀਰਾਂ ਨੂੰ ਢਾਉਣ ਲਈ ਥੋੜੋ ਆਏ ਆ ਤੁਹਾਡੀ ਸੋਚ ਦੇ ਵਿੱਚ ਬੈਠੇ ਆ ਔਰ ਕੱਲਾ ਨੀ ਅੰਗਰੇਜ਼ ਕੱਲਾ ਨੀ ਬੈਠਾ ਹਿੰਦੂ ਦੀ ਸਲਾਹ ਦੇ ਨਾਲ ਬੈਠਾ ਬਿਲਕੁਲ ਜਿੰਨੇ ਗ੍ਰੰਥ ਆ ਤੁਹਾਡੇ ਉਸ ਪੀਰੀਅਡ ਜਿੰਨੇ ਬ੍ਰਹਮ ਗਿਆਨੀ ਜਿੰਨੇ ਸਾਧ ਆ ਜਿੰਨੇ ਡੇਰੇ ਆ ਉਹ ਪੀਰੀਅਡ ਚ ਉਸੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਅਸੂ ਤੋਂ ਸ਼ਰਗੇ ਡੇਰੇ ਜਿਹੜੇ ਆ ਬਿਲਕੁਲ ਸੌਦੇ ਵਾਲਾ ਡੇਰਾ ਜਿਹੜਾ ਆ ਹੁਣ ਉਦੋਂ ਅੰਗਰੇਜ਼ਾਂ ਦੇ ਟਾਈਮ ਵੀ ਜੋ ਕੁਛ ਹੋਇਆ ਆ ਉਹਦੇ ਵਿੱਚ ਦਿਮਾਗ ਜਿਹੜਾ ਸਿੱਖਾਂ ਦੇ ਪ੍ਰਤੀ ਸਿੱਖਾਂ ਨੂੰ ਕੰਟਰੋਲ ਕਰਨ ਦਾ ਦਿਮਾਗ ਆ ਨਾ ਉਹ ਹਿੰਦੂ ਦਾ ਚੱਲਿਆ ਬਿਲਕੁਲ ਉਹ ਤਾਂ ਬਾਹਰੋਂ ਖਿੱਤੇ ਬਾਰੇ ਜਾਣਕਾਰੀ ਰੱਖਦਾ ਸੀ ਜਾਣਦਾ ਸੀ ਨਾਲੇ ਉਹਨੂੰ ਇਹ ਪਤਾ ਸੀ ਵੀ ਮੇਰਾ ਫਾਇਦਾ ਉਸ ਖਿੱਤੇ ਵਿੱਚ ਜਦੋਂ ਗੁਰੂ ਸਾਹਿਬ ਹੋਏ ਆ ਉਦੋਂ ਉੱਥੇ ਰਾਜ ਹਿੰਦੂਆਂ ਦਾ ਸੀਗਾ ਹਿੰਦੁਸਤਾਨ ਚ ਨਹੀਂ ਰਾਜ ਮੁਸਲਮਾਨਾਂ ਦਾ ਸੀ ਉਦੋਂ ਵੀ ਸਮਾਜ ਤੇ ਕਾਬਜ ਉਹ ਬੈਠਾ ਸੀ ਹੋ ਕੇ ਠੀਕ ਹੈ ਨਾ ਬਸ ਫਿਰ ਜਦੋਂ ਰਾਜ ਅੰਗਰੇਜ਼ਾਂ ਦਾ ਆ ਗਿਆ ਫਿਰ ਸਮਾਜ ਤੇ ਉਹ ਰਹਿਣਾ ਚਾਹੁੰਦਾ ਉਹਦਾ ਟੀਚਾ ਉਹਨੂੰ ਪਤਾ ਆ ਜਦੋਂ ਸਮਾਜ ਤੇ ਮੈਂ ਕਾਬਜ ਆ ਨਾ ਸਟੇਟ ਜਿਹੜੇ ਵੇਲੇ ਮਰਜ਼ੀ ਬਣਾ ਲਾ ਹਜੇ ਵੀ ਜਿਹੜਾ ਮੈਨੂੰ ਲੱਗਦਾ ਵੀ ਕੰਟੈਕਸਟ ਨਾਲ ਜੁੜਦੀ ਹੋਣੀ ਹੈ ਜਿਹੜੀ ਆਪਾਂ ਕਹਿੰਦੇ ਹਾਂ ਕਿ ਆ ਸਰਦਾਰ ਬਣਾਤਾ ਪ੍ਰਧਾਨ ਮੰਤਰੀ ਜਾਂ ਮੁਸਲਮਾਨ ਬਣਾਤਾ ਜਿਹੜਾ ਮਰਜ਼ੀ ਬਣ ਜਾਓ ਕੋਈ ਫਰਕ ਨੀ ਪੈਂਦਾ ਉਹਨਾਂ ਨੂੰ ਸਮਾਜ ਦੇ ਵਿੱਚ ਕਾਬਜ਼ ਹੋ ਕੇ ਬੈਠਾ ਠੀਕ ਹੈ ਤੁਹਾਡੀ ਸੋਚ ਦੇ ਵਿੱਚ ਬੈਠਾ ਬਾਕੀ ਕਹਿੰਦੇ ਰਾਜ ਦੀ ਜਿਹੜੀ ਗੱਲ ਕਰਦੇ ਸੀਗੇ ਥੋੜੀ ਮਜ਼ਾਕ ਨਾਲ ਕਿਸੇ ਨੇ ਬਣਾਈ ਹੈ ਕਹਿੰਦੇ ਸਾਰੀ ਦੁਨੀਆਂ ਤੇ ਸਾਰੀ ਦੁਨੀਆਂ ਨੇ ਚੰਨ ਤੇ ਪਹੁੰਚ ਜਾਣਾ ਇਹਨਾਂ ਨੇ ਇੱਥੇ ਹੀ ਖੱਜਲ ਹੁੰਦੇ ਕਰਨਾ ਕਹਿੰਦੇ ਫਿਰ ਰਾਜ ਹੋ ਜਾਣਾ ਕਹਿੰਦੇ ਸਿੱਖਾਂ ਦਾ ਉਹ ਬੜੀ ਵਧੀਆ ਪੂਰੀ ਲੰਬੀ ਹੈ ਥੋੜੀ ਲਾਸਟ ਚ ਉਹਨੇ ਲਿਖਿਆ ਜਿਹੜਾ ਗੁਰਦੁਆਰੇ ਦਾ ਮੈਨੇਜਰ ਸੀ ਅਪੁਆਇੰਟ ਕੀਤਾ ਜਾਂਦਾ ਸੀ ਤੇ 1920 ਦੇ ਵਿੱਚ
ਸਿੰਘ ਸਭਾ ਜਿਹੜਾ ਸਿੰਘ ਸਭੀ ਸਨ ਉਹਨਾਂ ਵੱਲੋਂ ਅੰਦੋਲਨ ਸ਼ੁਰੂ ਹੋਇਆ। ਬਾਅਦ ਚ ਹੁਣ ਸਿੰਘ ਸਭਾ ਲਹਿਰ ਚੱਲੀ 1970-75 ਦੇ ਵਿਚ, ਠੀਕ ਹੈ, 77 ਵਿਚ ਸ਼ਾਇਦ ਚੱਲੀ ਆ, 1877 ਵਿਚ, ਠੀਕ ਹੈ ਭਾਈ। ਉਹ ਹੁਣ ਤੂੰ ਕਹਿੰਦਾ ਵੀ 1920 ਦੇ ਵਿਚ ਸਿੰਘ ਸਭੀਆਂ ਨੇ ਅੰਦੋਲਨ ਸ਼ੁਰੂ ਕੀਤਾ, ਜਿਹੜੀ ਗੱਲ ਤੂੰ ਕਰਨੇ ਵਾਲੀ ਆ ਉਹ ਕਰਦੇ ਪੇ ਭਾਈ ਅਕਾਲੀ ਦਲ ਦੇ ਬੰਦੇ, ਸਿੱਧੀ ਗੱਲ ਪੁਆਇੰਟ ਦੇ ਉੱਤੇ ਆ ਜਾ, ਤੈਨੂੰ ਭੂਮਿਕਾ ਬੰਨਣ ਦੀ ਇੰਨਾ ਪਿੱਛੇ ਜਾਣ ਦੀ ਕੀ ਲੋੜ ਆ, ਸਿੱਧੀ ਸਿੱਧੀ ਗੱਲ ਅਗਲੇ ਦੇ ਸਿੱਧੀ ਸੱਟ ਮਾਰ ਜਾ ਕੇ ਆਹ ਗੱਲ ਹੋਈ ਆ ਭਾਈ, ਬੰਦੇ ਸੀਗੇ ਸਾਡੇ ਨਿੱਜੀ ਸੰਬੰਧ ਆ, ਠੀਕ ਹੈ ਮੇਰੇ ਉੱਪਰ ਉਹਦੇ ਵੀ ਤੁਸੀਂ ਸਾਰਾ ਪ੍ਰੋਗਰਾਮ ਜਿੱਦਾਂ ਪਹਿਲਾਂ ਕਿਹਾ ਸੀ ਹੈ ਆਪਣੀ ਆਪਣੇ ਤੇ ਕੀਤਾ ਇਹਨੇ, ਹਾਂ ਮੈਨੂੰ ਮੈਨੂੰ ਸਾਰਿਆਂ ਨੇ ਇੱਦਾਂ ਕਿਹਾ ਪਰ ਕਿੱਦਾਂ ਡਰਾਮਾ ਜਿਹਾ ਕਰ ਰਿਹਾ ਸਾਰਾ ਪੇਸ਼ਕਾਰੀ। ਇਹ ਅਕਾਲੀ ਦਲ ਬਣਿਆ ਜਿਹਦੇ ਵਿੱਚ ਸਰਦਾਰ ਕਰਤਾਰ ਸਿੰਘ ਝੱਬਰ ਵਰਗੇ, ਬਾਬਾ ਖੜਕ ਸਿੰਘ ਵਰਗੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਅ ਕਾਸਟ ਦੇ ਸਿੱਖ ਸਨ ਉਹਨਾਂ ਨੂੰ ਨੇੜੇ ਨਹੀਂ ਸੀ ਫੜਕਣ ਦਿੱਤਾ ਜਾਂਦਾ, ਇੱਥੋਂ ਤੱਕ ਕਿ ਕੜਾਹ ਪ੍ਰਸ਼ਾਦ ਵੀ ਉੱਪਰੋਂ ਸੁੱਟ ਕੇ ਦਿੱਤਾ ਜਾਂਦਾ ਸੀ ਕਿ ਅਸੀਂ ਭੇਟੇ ਜਾਵਾਂਗੇ। ਇਤਿਹਾਸ ਵੱਲ ਮੈਂ ਨਾ ਜਾਵਾਂ, 28 June 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਦੁਆਰੇ ਹੌਲੇ ਹੌਲੇ ਆਏ ਤੇ ਉਸ ਤੋਂ ਬਾਅਦ ਅਕਾਲੀਆਂ ਨੇ ਹਸਨ ਅਬਦਾਲ ਦੇ ਵਿੱਚ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਤੇ ਮਹੰਤ ਮਿੱਠਾ ਸਿੰਘ ਦਾ ਕਬਜ਼ਾ ਸੀ, ਇਹਦੇ ਵਿੱਚ 20 November 1920 ਨੂੰ ਇਸ ਗੁਰਦੁਆਰਾ ਸਾਹਿਬ ਨੂੰ ਆਪਣੇ ਕਬਜ਼ੇ ਚ ਲਿਆ। 20 February 1921 ਦੇ ਵਿੱਚ ਨਨਕਾਣਾ ਸਾਹਿਬ ਨੂੰ, ਕਿਉਂਕਿ ਨਨਕਾਣਾ ਸਾਹਿਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਮਹੰਤ ਨਰੈਣ ਸੀ ਤੇ ਪਸ਼ਤੂਨਾਂ ਦੀਆਂ ਉਹਦੇ ਕੋਲ ਗਾਰਡਨ ਸਨ, ਹਮਲਾ ਕਰਕੇ ਤਕਰੀਬਨ 130 ਵਿਅਕਤੀ ਮਾਰਤੇ, ਯਾਨੀ ਕਿ ਕਰਤਾਰ ਸਿੰਘ ਚੱਬਰ, ਸਦਾ ਸੁੰਦਰ ਸਿੰਘ ਲਾਇਲਪੁਰੀ, ਟਹਿਲ ਸਿੰਘ ਧੰਜੂ, ਸਦਾ ਬੂਟਾ ਸਿੰਘ ਲਾਇਲਪੁਰੀ, ਬੜੀ ਵੱਡੀ ਇੱਕ ਮੂਵਮੈਂਟ ਚੱਲੀ ਜਿਹਨੇ ਇਸ ਅਕਾਲੀ ਲਹਿਰ ਨੂੰ ਬੜਾ ਭਰਵਾਂ ਹੁੰਗਾਰਾ ਦਿੱਤਾ। ਹੌਲੇ ਹੌਲੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀਆਂ ਦੇ ਹੱਥਾਂ ਦੇ ਵਿੱਚ ਆਇਆ ਔਰ ਬੜਾ ਵਧੀਆ ਪ੍ਰਬੰਧ ਉਦੋਂ ਚੱਲਿਆ। ਭਾਵੇਂ ਜਿਹੜੇ ਇਹ ਫੁਕਰੇ ਤਰ੍ਹਾਂ ਦੇ ਪ੍ਰੈਜ਼ੈਂਟਰ ਆ, ਇਹਨਾਂ ਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਇਹਨਾਂ ਜਿੱਦਾਂ ਡੇਟਾਂ ਤੱਥ ਨਾਂ ਉਹ ਬਹੁਤ ਜਿੱਦਾਂ ਕਰਦੇ ਆ, ਲਿਆ ਲਿਆ ਕੇ ਪੇਸ਼ ਕਰਦੇ। ਦੂਜੀ ਗੱਲ ਇਹਨਾਂ ਕਿਤਾਬਾਂ ਚ ਲਿਖਿਓ ਨੂੰ, ਆਰਟੀਕਲਾਂ ਨੂੰ ਲੋਕਾਂ ਦੇ ਨੂੰ ਇੱਦਾਂ ਪੜ੍ਹਦੇ ਹੁੰਦੇ ਆ ਵੀ ਜਿੱਦਾਂ ਆਪ ਬੋਲ ਰਹੇ ਹੁੰਦੇ ਆ, ਇਹਨਾਂ ਨੂੰ ਭੁੱਲ ਜਾਂਦਾ ਵੀ ਜਦੋਂ ਤੁਸੀਂ ਬੋਲਦੇ ਆ ਤੁਹਾਥੋਂ ਤਾਂ 20-20 ਸੈਕਿੰਡ ਦੀ ਵਿਚਾਲੇ ਗੈਪ ਪਿਆ ਹੁੰਦਾ ਤੁਹਾਡੇ ਕੋਲੋਂ, ਹਨਾ, ਤੇ ਜਦੋਂ ਤੁਸੀਂ ਆਰਟੀਕਲ ਜਦੋਂ ਪੜ੍ਹਦੇ ਆ ਲਗਾਤਾਰ ਉਦੋਂ ਪਤਾ ਲੱਗ ਜਾਂਦਾ ਵੀ ਇਹ ਆਰਟੀਕਲ ਆ ਪੜ੍ਹ ਰਿਹਾ, ਠੀਕ ਹੈ, ਤੇ ਉਹਨਾਂ ਨੂੰ ਤੁਸੀਂ ਜਿੱਦਾਂ ਹੈਗਾ ਆ ਉਦਾਂ ਪੇਸ਼ ਕਰੋ ਸਾਰੇ ਨੂੰ, ਤਾਂ ਕਿ ਗੱਲ ਆਮ ਰਹੇ, ਆਮ ਜਿੱਦਾਂ ਜਿੱਦਾਂ ਹੁਣ ਤੁਸੀਂ ਉਦਾਂ ਗੱਲ ਕਰਦੇ ਹੀ ਆ ਯਾਰ, ਹਾਂ ਇਮਾਨਦਾਰੀ ਨੀ ਹੈਗੀ ਨਾ ਜਿਹੜੀ ਆਪਾਂ ਇਹਨਾਂ ਦੀ ਗੱਲ ਕਰਦੇ ਸੀ ਆਪਣੇ ਵਿਵਾਦੀ ਬੰਦਿਆਂ ਦੇ ਵੀ, ਪ੍ਰੋਗਰਾਮ ਸਾਰਾ ਸੁਣਦੇ ਆ ਪਰ ਇੰਨੀ ਹਿੰਮਤ ਨੀ ਹੈਗੀ, ਇੰਨੀ ਇਮਾਨਦਾਰੀ ਨੀ ਹੈਗੀ ਕਹਿ ਦੇਣ ਕੀ ਆਪਾਂ ਜੀ ਪ੍ਰੋਗਰਾਮ ਸੁਣਦੇ ਆ ਆਹ ਗੱਲਾਂ ਸਾਨੂੰ ਲੱਭੀਆਂ ਨੇ। ਮੈਂ ਨਾ ਉਹ ਮੈਨੂੰ ਇੱਕ ਗੱਲ ਅੱਜ ਕਿਸੇ ਨੇ ਦੱਸੀ, ਮੈਨੂੰ ਕਿਸੇ ਨੇ ਦੱਸੀ, ਲੋਕ ਇੰਨੇ ਵਿਹਲੇ ਬੈਠੇ, ਮਤਲਬ ਮੈਂ ਸੋਚਦਾ ਸੀਗਾ ਲੋਕਾਂ ਨੇ, ਮਤਲਬ ਮੰਨ ਲਿਆ ਕੋਈ ਲੋਕ ਹੋਣਗੇ ਜਿਹੜੇ ਦੱਸਦੇ ਵੀ ਹੋਣਗੇ, ਦੋ ਚਾਰ ਵਾਰ ਕਿਸੇ ਨੇ ਦੱਸੀ ਹੋਣੀ ਹੈ, ਉਹ ਕਹਿੰਦੇ ਨੇ ਯਾਰ ਇਹਨਾਂ ਕਰਨਾ ਕੁਰਨਾ ਤੇ ਕੱਖ ਨੀ, ਦਫਾ ਕਰੋ, ਅਸੀਂ ਨੀ ਕੋਈ ਦੱਸਣੀ ਦੱਸਣੀ, ਆਪੇ ਸੁਣਦੇ ਆ ਪ੍ਰੋਗਰਾਮ ਸਾਰਾ ਕੁਛ ਹੈਗਾ। ਜਿਹੜੇ ਦੱਸਣੇ ਵਾਲੇ ਕਿਸੇ ਦਾ ਨਾਂ ਲੈ ਦੇਣ ਵੀ ਜੀ ਫਲਾਨਾ ਬੰਦਾ ਦੱਸਣੇ ਵਾਲਾ, ਮੈਂ ਦੱਸ ਦਿੰਦਾ ਉਹ ਦੱਸਣੇ ਵਾਲੇ ਸਾਰੇ ਕਮੀਣੇ ਹੋਣਗੇ, ਠੀਕ ਆ, ਵਿੱਚੇ ਵਿੱਚੇ ਹੀ ਹੋਣਗੇ ਉਹ, ਹਾਂ ਇਹਦੇ ਨਾਲ ਕਿਹੜੀ ਸ਼ਰਮ ਤੂੰ ਭਾਈ ਕਹਿ ਦਿਓ, ਹਾਂ ਸੁਣਦੇ ਆ ਜੀ ਆਹ ਗੱਲਾਂ ਸਾਨੂੰ ਲੱਭਦੀਆਂ ਨੇ ਪਰ ਹੈ ਨੀ ਹਿੰਮਤ, ਉਹ ਇਮਾਨਦਾਰੀ ਨੀ ਹੈਗੀ। ਨਹੀਂ ਨਹੀਂ ਹੁਣ ਸਾਨੂੰ ਹੁੰਦਾ ਜਿਹੜੇ ਬੰਦੇ ਇਹਨਾਂ ਦਾ ਪ੍ਰੋਗਰਾਮ ਸੁਣਦੇ ਆ, ਜਿਹੜੇ ਲਿਖਦੇ ਹੁਣ ਬਲਪ੍ਰੀਤ ਸਿੰਘ ਘਰਾਣਾ ਆ, ਘੰਗਰਾਣਾ ਆ, ਯਾਦਵਿੰਦਰ ਆ, ਕਾਤਰਵਾਲ, ਜਿਹੜੇ ਵੀ ਬੰਦੇ ਕਰਦੇ ਆ ਉਹ ਆਰਟੀਕਲ ਲਿਖਦੇ ਉਹਨਾਂ ਦੇ ਨਾਂ ਥੱਲੇ ਲਿਖ ਦਈਦਾ ਆ, ਠੀਕ ਹੈ, ਠੀਕ ਹੈ, ਜਿਹੜੇ ਜਿਹੜੇ ਬੰਦੇ ਗੱਲ ਕਰਦੇ ਆ ਸਾਡੇ ਕੋਲ ਰਿਕਾਰਡਿੰਗ ਆਵੇ ਅਸੀਂ ਸੁਣਾ ਦਈ, ਵੀ ਤੁਸੀਂ ਦੱਸ ਦਿਓ ਤਾਂ ਕਿਹੜੇ ਬੰਦੇ ਨੇ ਕਿਹਾ ਪਤਾ ਲੱਗ ਜਾਵੇ, ਨਹੀਂ ਉਹ ਨੀ ਕਬੂਲਣਾ ਨੀ। ਹਾਂਜੀ, ਗੁਰਦੁਆਰਾ ਬਿੱਲ ਬਣਿਆ, ਜੈਤੋ ਦਾ ਮੋਰਚਾ ਚੱਲਿਆ, ਭਾਈ ਫੇਰੂ ਮਾਨ ਦਾ ਐਜੀਟੇਸ਼ਨ ਚੱਲਿਆ, ਹੌਲੇ ਹੌਲੇ ਸਾਡੀਆਂ ਰਾਜਨੀਤਿਕ ਲੋਕਾਂ ਦੀਆਂ ਜਦੋਂ ਹੌਲੇ ਹੌਲੇ ਤੇ ਆਇਆ ਹੌਲੇ ਹੌਲੇ ਹੀ ਹੋ ਗਿਆ, ਪਤਾ ਨੀ ਉਹੀ ਮੈਂ ਕਹਿੰਦਾ ਸੀਗਾ ਇਹਨਾਂ ਦਾ ਰੇਡੀਓ ਕਿੱਦਾਂ ਦਾ ਕਮਰਸ਼ਲ, ਉੱਥੇ ਤਾਂ ਪਤਾ ਨੀ ਉਹ 21 ਸੈਕਿੰਡ ਚ ਵੀ ਮਤਲਬ ਕਿ ਟਾਈਮ ਵੇਸਟ ਹੁੰਦਾ ਉਹਨਾਂ ਦਾ। ਸਾਡੇ ਇੱਥੇ ਜਿਹੜਾ ਹੈਗਾ ਮਾਈਕ ਹੋਸਟਿੰਗ ਜਿੱਦਾਂ ਸਵੇਰੇ ਪ੍ਰੋਗਰਾਮ ਆਉਂਦਾ 6 ਤੋਂ 8:30 ਪ੍ਰੋਗਰਾਮ ਸੁਣੋ ਨਾ,
ਲੱਗਦਾ ਕਮਰਸ਼ੀਅਲ ਹੈਗਾ ਵੀ ਲੱਗਦਾ ਕਿ ਸਾਹ ਨਹੀਂ ਲੈ ਰਿਹਾ ਬੰਦਾ ਇੰਨੀ ਗੱਲ ਮਤਲਬ ਪੂਰਾ ਨੈਸ਼ਨਲ ਲੈਵਲ ਦਾ ਪੰਦਰਾਂ ਪੰਦਰਾਂ ਸੈਕਿੰਡ ਦੀਆਂ ਤਾਂ ਐਡਾ ਹੁੰਦੀਆਂ ਸੱਤ ਸੱਤ ਸੈਕਿੰਡ ਦੀ ਐਡ ਆ ਜਿਹਦੀ ਉਹ ਪੈਸੇ ਲੈਂਦੇ ਬਿਲਕੁਲ ਤੇ ਤੁਸੀਂ ਜੇ ਹੁਣ ਤੁਸੀਂ ਪੰਦਰਾਂ ਸੈਕਿੰਡ ਸਾਹ ਲੈਂਦੇ ਨੇ ਲਾ ਹੌਲੇ ਹੌਲੇ ਨੀਂਦ ਆ ਜਾਂਦੀ ਲਾਲਸਾਵਾਂ ਨੇ ਲਾਲਸਾ ਨੇ ਹੌਲੇ ਹੌਲੇ ਅਕਾਲੀ ਦਲ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਗਈ ਕਿਉਂਕਿ ਆਪਸੀ ਤ੍ਰੇੜਾਂ ਆਪਸੀ ਹੋਮੇ ਆਪਸੀ ਈਗੋ ਇਹ ਪਤਾ ਨੀ ਕਿਵੇਂ ਰਚੀ ਆ ਸਾਡੇ ਨਾਲ ਇੱਕ ਸਰੋਤੇ ਆ ਜੀ ਸਵਾਗਤ ਹੈ ਜੀ ਤੁਹਾਡਾ ਭਾਜੀ ਸਤਿ ਸ੍ਰੀ ਅਕਾਲ ਨਵਦੀਪ ਸਿੰਘ ਬੋਲਦਾ ਜੀ ਮੈਲਬਨ ਤੋਂ ਕੀ ਹਾਲ ਚਾਲ ਹੈ ਜੀ ਹਾਂਜੀ ਵਧੀਆ 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 ਜੀ ਹੋਰ ਸੁਣਾਓ ਠੀਕ ਠਾਕ ਹੈ ਜੀ ਬਹੁਤ ਵਧੀਆ ਛੁੱਟੀਆਂ ਤੇ ਜਾ ਰਹੇ ਆ ਫਿਰ ਬਹੁਤਾ ਲੰਬਾ ਨੀ ਦੋ ਤਿੰਨ ਦਿਨ ਲਈ ਜਾਣਾ ਬਸ ਬੰਦੇ ਨੂੰ ਪੇਪਰ ਪੜ੍ਹਨ ਨੂੰ ਫੜਾਇਆ ਸੀਗਾ ਚਮਤਕਾਰੀ ਤੇ ਬਰਾਤਕਾਰੀ ਇਹਨੂੰ ਜੇ ਦੂਜੀ ਲੈਂਗੁਏਜ ਚ ਕੋਈ ਫੜਾ ਦੇਣਾ ਇਹਨੇ ਉਹੀ ਬੋਲੀ ਜਾਣਾ ਇਹਨੂੰ ਕੋਈ ਸਮਝ ਨੀ ਹੈਗੀ ਇਹਨੂੰ ਇਹ ਜਿਹੜੀਆਂ ਡੇਟਾ ਡੂਟਾ ਨਾ ਮੋਹਰੇ ਇਹਨੇ ਰੱਖਿਆ ਆ ਹਨਾ ਉਹ ਫਿਰ ਕਈ ਵਾਰੀ ਅੱਖ ਇੱਧਰ ਉੱਧਰ ਹੋ ਜਾਂਦੀ ਆ ਫਿਰ ਫਿਰ ਕਹਿੰਦਾ ਨਹੀਂ ਨਹੀਂ 1920 ਤੋਂ ਕਿਸੇ ਨੂੰ 1920 ਕਹੀ ਜਾਂਦਾ ਕਦੇ 1880 ਕਹੀ ਜਾਂਦਾ ਯੂਨੀਕਨੈਸ ਜਿਹੜੀ ਆ ਉਹ ਮਰ ਜਾਂਦੀ ਵਿੱਚੋਂ ਜਿਹੜੇ ਵੱਡੇ ਵੱਡੇ ਸਕੋਲਰ ਇਹਨਾਂ ਦਾ ਕੰਮ ਹੀ ਇਹ ਆ ਇਹ ਵੱਡੇ ਵੱਡੇ ਸ਼ਬਦ ਲੈ ਕੇ ਆਉਂਦੇ ਨੇ ਵੱਡੇ ਵੱਡੇ ਸ਼ਬਦ ਦੂਜਿਆਂ ਤੇ ਪ੍ਰਭਾਵ ਛੱਡਣ ਦੇ ਲਈ ਹਨਾ ਬਹੁਤ ਵੱਡੇ ਸ਼ਬਦ ਪੱਛਮ ਦੀ ਸਭਿਅਤਾ ਫਲਾਨੀ ਸਭਿਅਤਾ ਹਨਾ ਦੂਰੋਂ ਦੂਰੋਂ ਵੱਡੇ ਵੱਡੇ ਵੰਡ ਲੈ ਕੇ ਆਉਣਾ ਕਿ ਲੋਕਾਂ ਨੂੰ ਪ੍ਰਭਾਵਿਤ ਕਰੀਏ ਯਾਰ ਇਸ ਬੰਦੇ ਨੂੰ ਤਾਂ ਗਿਆਨ ਹੀ ਬਹੁਤ ਆ ਗਿਆਨ ਇਹਨਾਂ ਨੂੰ ਖੇਟੇ ਦਾ ਨੀ ਹੁੰਦਾ ਹਨਾ ਹੁਣ ਤੁਸੀਂ ਦੇਖੋ ਅਜਮੇਰ ਸਿੰਘ ਦੀਆਂ ਆ ਪਿਛਲੀ ਵਾਰੀ ਜਿਹੜੀ ਤੁਸੀਂ ਵੀਡੀਓ ਸੁਣਾਈ ਆ ਤੇ ਪੂਰਾ ਉੱਥੇ ਵਿਚਾਰ ਕੀਤਾ ਦੇਖੋ ਭਾਜੀ ਉਹਦੀ ਬੁੱਧੀ ਦਾ ਦੇਖੋ ਕੀ ਕੀਤਾ ਉਹਨੇ ਬੰਦੇ ਨੇ ਕੀ ਕਰ ਰਿਹਾ ਮੈਨੂੰ ਤਾਂ ਸਮਝ ਨੀ ਆਈ ਤੇ ਉਹ ਕਿ ਇੰਨਾ ਉਹਨੇ ਅਲਝਾਇਆ ਉਸ ਵੀਡੀਓ ਦੇ ਵਿੱਚ ਹਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਨੂੰ ਵਿਚਾਰ ਕਰਨ ਲਈ ਨੀ ਹੁੰਦੇ ਤੁਸੀਂ ਉਹੀ ਪੜ੍ਹੀ ਜਾਓ ਬਸ ਇਹ ਸਿਰਫ ਪੜ੍ਹਨੇ ਦੇ ਹੁੰਦੇ ਆ ਦੇਖੋ ਕਿੱਥੇ ਗੱਲ ਲੈ ਜਾ ਤੱਕ ਹਨਾ ਬੜਾ ਖਤਰਨਾਕ ਮੋੜ ਜਿਹੜਾ ਹੈ ਨਾ ਉਹਦੇ ਉੱਤੇ ਲਿਜਾ ਕੇ ਸਾਨੂੰ ਖੜਾ ਕਰ ਰਹੇ ਆ ਸੌਖਾ ਆ ਜੀ ਇਹਦੇ ਲਈ ਵੀ ਅਸੀਂ ਆਪ ਆਪਣੇ ਪੈਰਾਂ ਤੇ ਖੜੇ ਹੋ ਜਾਈਏ ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਨੂੰ ਦੇਖਣ ਲੱਗ ਪਈਏ ਤਾਂ ਫਿਰ ਬਸ ਨਜ਼ਰੀਆ ਹੋਇਆ ਸਾਡੇ ਕੋਲ ਪਛਾਣ ਲੈਣੇ ਅਸੀਂ ਪਰ ਇਹਨਾਂ ਨੇ ਜਿਹੜਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਦੇ ਦੇ ਉੱਤੇ ਆ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਵਿਚਾਰ ਕੀਤਾ ਉਹਨੇ ਵਿੱਚ ਟੋਟਲੀ ਅਲਝਾ ਹੀ ਦਿੱਤਾ ਨਾ ਦੂਸਰੇ ਬੰਦੇ ਨੂੰ ਅਲਝਾ ਦਿੱਤਾ ਪ੍ਰੋਪਰ ਇੱਕ ਮਿੰਟ ਤੁਸੀਂ ਮਾਲਵੇ ਤੋਂ ਆ ਨਾ ਨਹੀਂ ਭਾਜੀ ਮੈਂ ਦੁਆਬੇ ਤੋਂ ਜੀ ਅੱਛਾ ਮਾਝੀ ਵੀ ਉੱਥੇ ਹੀ ਆ ਨਾ ਮਸਤੂਆਣੇ ਦੀ ਗੱਲ ਕਰਦਾ ਤੇ ਅਜਮੇਰ ਸਿੰਘ ਵੀ ਉਹਦੀ ਕਰਦਾ ਮੈਨੂੰ ਲੱਗਦਾ ਅਜਮੇਰ ਸਿੰਘ ਦੀਆਂ ਬੇੜੀਆਂ ਚ ਵੱਟਾ ਪਾਇਆ ਹੀ ਮਾਝੀ ਨੇ ਮਾਝੀ ਤਾਂ ਪੰਥ ਪ੍ਰੀਤ ਨਹੀਂ ਨਹੀਂ ਮੈਂ ਦੱਸ ਦਿੰਦਾ ਇਹਨੂੰ ਜੋੜ ਲਿਓ ਜੀ ਜਿਹੜੇ ਬੰਦੇ ਨੇੜੇ ਆ ਨਾ ਅਜਮੇਰ ਸਿੰਘ ਦੇ ਉਹ ਪਤਾ ਕਰਕੇ ਦੇਖ ਲੈਣ ਚੰਗੀ ਤਰ੍ਹਾਂ ਜਦੋਂ ਨਾ ਆਮ ਆਦਮੀ ਪਾਰਟੀ ਦੀ ਗੱਲ ਹੋਈ ਆ ਉਦੋਂ ਮਾਝੀ ਹੁਣੀ ਜਾ ਕੇ ਉਹਨੂੰ ਇਨਕਰੇਜ ਕੀਤਾ ਵੀ ਤੁਸੀਂ ਇੱਧਰ ਕੇਜਰੀਵਾਲ ਹੋਣਾ ਦੇ ਬੰਦਿਆਂ ਨੂੰ ਵੀ ਕਰਕੇ ਏਦਾਂ ਦਾ ਜਿਹੜੀ ਪੰਜਾਬ ਦੀ ਟੀਮ ਹੈ ਇਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਸਟੇਟ ਦੇ ਰਾਜ ਉਹਨਾਂ ਦਾ ਹੋ ਜਾਵੇ ਸ਼੍ਰੋਮਣੀ ਕਮੇਟੀ ਦੇ ਲਈ ਪੰਥਪ੍ਰੀਤ ਹੋਣਾ ਦਾ ਗਰੁੱਪ ਜਿਹੜਾ ਆ ਉਹ ਤਿਆਰ ਹੋ ਜਾਵੇ ਤੇ ਇੱਧਰ ਯੂਨੀਵਰਸਿਟੀ ਵਗੈਰਾ ਕਰਨ ਲਈ ਬੰਦੇ ਤਿਆਰ ਆਪਣੇ ਤੌਰ ਤੇ ਮਾਝੀ ਹੁਣੀ ਜਿੰਨੀ ਕੁ ਅਕਲ ਆ ਠੀਕ ਆ ਇੱਦਾਂ ਲੱਗੇ ਹੋ ਸੀ ਕਰਨ ਉੱਥੋਂ ਹੀ ਨੀ ਬੇੜੀਆਂ ਚ ਵੱਟੇ ਪਾਏ ਆ ਉਸ ਵੇਲੇ ਵੀ ਇਹਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਛੱਡੀਆਂ ਸੀ ਅਜਮੇਰ ਸਿੰਘ ਨੇ ਚਲੋ ਉਸ ਵੇਲੇ ਵੀ ਇਹਨਾਂ ਨੇ ਬਹੁਤ ਵੱਡੀਆਂ ਵੱਡੀਆਂ ਗੱਪਾਂ ਛੱਡੀਆਂ ਤੇ ਪਲੱਸ ਪੰਥਪ੍ਰੀਤ ਉਹਨਾਂ ਨੇ ਵੀ ਜਿੱਦਾਂ ਦਾ ਸਮਝੌਤਾ ਕੀਤਾ ਜਿਹੜੇ ਕੰਨਾਂ ਦੇ ਵਿੱਚ ਫੂਕਾਂ ਮਾਰਦੇ ਸੀ ਇੱਕ ਦੂਜੇ ਦੇ ਨਿਕਲ ਗਈਆਂ ਸਾਰੀਆਂ ਫੂਕਾਂ ਹੁਣ ਬੈਠੇ ਨੇ ਆਰਾਮ ਨਾਲ ਜਿਹੜਾ ਕੰਮ ਇਹਨਾਂ ਦਾ ਕਰਨ ਵਾਲਾ ਭਾਜੀ ਉਹ ਤਾਂ ਕਰ ਹੀ ਨੀ ਰਹੇ ਹੈਗੇ
ਕੋਈ ਸ਼ੱਕ ਨਹੀਂ, ਇਹਨਾਂ ਦਾ ਕੰਮ ਹੈਗਾ ਉਹ ਆਪ ਨੀ ਕਰ ਰਹੇ ਹੈਗੇ, ਇੱਧਰ ਉੱਧਰ ਲੱਤਾਂ ਮਾਰੀ ਜਾਂਦੇ ਨੇ ਹਨਾ। ਨਾਲੇ ਉਹ ਭਾਈ ਸਾਹਿਬ ਨੂੰ ਜਿਹਨੇ ਤੁਸੀਂ ਚੈਲੰਜ ਕੀਤਾ ਸੀ ਉਹਨੂੰ ਕਹਿੰਦੇ ਡੇਟਾਂ ਤੇਰੀਆਂ ਵੀ ਆਖਰੀ ਆ, ਹੁਣ ਸਮਝੌਤੇ ਸਮਝੌਤੇ ਤਾਂ ਹੋਏ ਨੀ ਆ। ਨਾ ਨਾ, ਪ੍ਰਭਦੀਪ ਨੂੰ, ਪ੍ਰਭਦੀਪ ਵਰਗੇ ਫੁਕਰੇ ਬੰਦੇ ਨੂੰ ਕੌਣ ਪੁੱਛਦਾ ਉੱਥੇ, ਨਾ ਤਾਂ ਉਹਨੂੰ ਪੰਥਪ੍ਰੀਤ ਨੇ ਪੁੱਛਣਾ। ਬੁੱਧਵਾਰ ਨੂੰ ਕਰਨਾ ਵੀ, ਦੋ ਦਿਨ ਤਿੰਨ ਦਿਨ ਹੁਣ ਮੂਹਰੇ, ਕੱਲ ਨੂੰ ਕ੍ਰਿਸਮਸ ਆ, ਬੋਕਸਿੰਗ ਡੇ ਆ, ਜੇ ਇਹਨਾਂ ਚ ਵੀ ਕੁਛ ਹੋਇਆ ਉਹਨਾਂ ਤੋਂ ਪਤਾ ਲੱਗ ਜਾਊਗਾ, ਤੇ ਨਹੀਂ ਤਾਂ ਫਿਰ ਅਸੀਂ ਜੋ ਆਪ ਕਰਨਾ ਸੀ ਕੋਰੀਅਰ ਬੈਂਡ ਦੀ ਬੁੱਕ ਕਰਾਈ, ਉਹ ਕਿੱਥੇ ਭੇਜਣਾ ਤੇਰਾ? ਨਹੀਂ ਨਹੀਂ, ਠੀਕ ਹੈ ਭਾਜੀ, ਥੈਂਕ ਯੂ। ਤੇ ਆਪਾਂ ਸੁਣਦੇ ਆ ਜੀ, ਸੱਤਾ ਦੇ ਕਲਿਆਰੇ ਦੇ ਉੱਤੇ ਜੱਫਾ ਮਾਰਨ ਦੀ ਜਿਹੜੀ ਲਾਲਚ ਸੀ, ਉਹਨੇ ਅਕਾਲੀ ਦਲ ਨੂੰ ਖੇਰੂ ਖੇਰੂ ਕਰ ਦਿੱਤਾ। ਅੱਜ ਗੱਲ ਯਾਦ ਆਈ ਸੀਗੀ ਜਮੇਰ ਸਿੰਘ ਦੀ, ਉਹ ਕਹਿੰਦੇ ਆ, ਕਹਿੰਦੇ ਯੂਨੀਵਰਸਿਟੀ ਦਾ ਚਾਂਸਲਰ ਬਣਾ ਦੇਣਾ, ਬੱਚਿਆਂ ਨੂੰ ਜਾ ਕੇ ਕੀ ਪੜਾਉਂਗੇ ਉੱਥੇ ਜਾ ਕੇ ਬੱਚੇ ਦਾ? ਉਧਰੋਂ ਤਾਂ ਕਹਿੰਦੇ ਆ ਕਿ ਵੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਨੇ ਤੇ ਸਾਰਾ ਕੁਛ ਸਾਨੂੰ ਸਮਝਾਉਂਦੇ ਆ ਜ਼ਿੰਦਗੀ ਜੀਣ ਲਈ, ਹਨਾ। ਪਰ ਉਧਰੋਂ ਤਾਂ ਕਹਿੰਦਾ ਹੈ ਹੀ ਨਹੀਂ, ਉਹਦੇ ਸਮਝਣ ਦੀ ਲੋੜ ਹੀ ਕੁਛ ਨਹੀਂ, ਸਿਰਫ ਪੜ੍ਹੀ ਜਾਓ, ਫਿਰ ਸਮਝਾਉਂਦੇ ਕੀ ਆ, ਤਾਂ ਸਾਰੀ ਗੱਲਾਂ ਦਾ ਜਵਾਬ ਕਿੱਦਾਂ ਦਿੰਦੇ ਆ? ਨਹੀਂ, ਫਿਰ ਜਾਣੀ ਉਹਦੇ ਵਿੱਚ ਜਾਣੀ ਜਿਹੜੀ ਆਸ, ਹੁਣ ਦੱਸੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵਿਚਾਰਨ ਵਾਲੀ ਗੱਲ ਨੀ, ਕੋਈ ਸਮਝਣ ਵਾਲੀ ਨੀ ਹੈਗੀ, ਉਹ ਸਿਰਫ ਪੜ੍ਹ ਕੇ ਵਾਹਿਗੁਰੂ ਨਾਲ ਜੁੜਨਾ, ਠੀਕ ਹੈ ਨਾ। ਅੱਛਾ, ਸਮਝਣ ਵਾਲੀਆਂ ਹੈਗੀਆਂ ਕਿਤਾਬਾਂ, ਉਹ ਜਿਹੜੀਆਂ ਸਟੇਟ ਨੇ ਜੋ ਪੜਾਉਣਾ ਸਾਨੂੰ, ਉਹ ਤਾਂ ਸਮਝ ਆਈ ਜਾਣਾ ਸਾਨੂੰ। ਹੁਣ ਜਿੱਦਾਂ ਦੀ ਸਮਝ ਆ ਗਈ, ਉਦਾਂ ਦੇ ਵਿਚਾਰ ਬਣ ਗਏ ਆ, ਉਹ ਵਿਚਾਰਾਂ ਦਾ ਸੰਗ੍ਰਹਿ, ਉਦਾਂ ਦਾ ਮਨ ਘੜਿਆ ਗਿਆ ਤੁਹਾਡਾ, ਉਹਨੇ ਦਿਮਾਗ ਨੇ ਤੁਹਾਡੀ ਅਗਵਾਈ ਕਰਨੀ ਆ, ਜਿਹੜੀਆਂ ਗੱਲਾਂ ਦਿਮਾਗ ਦੇ ਵਿੱਚ ਬੈਠੀਆਂ ਆ ਉਧਰ ਨੂੰ ਤੁਹਾਡੀ ਜ਼ਿੰਦਗੀ ਨੇ ਜਾਈ ਜਾਣਾ, ਠੀਕ ਆ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਆ, ਜਾਣੀ ਜਿਹੜਾ ਹੈਗਾ ਵੀ ਉਹ ਗਾਣਾ ਨੀ ਚੱਲਦਾ, ਘੁੰਮਣ ਘੁਮਾਉਣ ਨੂੰ ਤਾਂ ਥਾਰ ਰੱਖੀ ਆ, ਇਹ ਤਾਂ ਪਟਾਕੇ ਪਾਉਣ ਨੂੰ, ਗੁਰੂ ਗ੍ਰੰਥ ਸਾਹਿਬ ਤਾਂ ਜੁੜਨ ਲਈ ਰੱਖਿਆ ਆ, ਹਨਾ। ਬਾਕੀ ਜ਼ਿੰਦਗੀ ਤਾਂ ਅਸੀਂ ਜੀਣੀ ਜਿਹੜੀ ਆ, ਜਿਹੜਾ ਜੀਵਨ ਜੀਣਾ, ਉਹ ਤਾਂ ਜਿਹੜੀਆਂ ਸਟੇਟ ਪੜ੍ਹਾਈ ਜਾਂਦੀ ਸਾਨੂੰ ਦੱਸੀ ਜਾਂਦੀ, ਪੜ੍ਹ ਪੜ੍ਹ ਕੇ ਅਤਰ ਸਿੰਘ ਨੂੰ ਪੜ੍ਹਾਈ ਜਾ ਰਹੀ ਆ, ਠੀਕ ਹੈ। ਤੇ ਉਹ ਬਸ ਫਿਰ ਹੁਣ ਤੁਸੀਂ ਦੱਸੋ ਵੀ ਸਾਡਾ ਸੁਧਾਰ ਜਿਹੜਾ ਸਮਾਜ ਦਾ ਉਹ ਕਿੱਦਾਂ ਹੋਊਗਾ? ਨਿਹੰਗ ਫਿਰ ਮੈਨੂੰ ਲੱਗਦਾ ਪੜ੍ਹਦਾ ਹੀ ਹੋਣਾ, ਖਾਲੀ ਸਮਝਿਆ ਨੀ ਉਹਨੇ ਜਿਹੜਾ ਇੰਗਲੈਂਡ ਵਾਲਾ। ਪਤਾ ਨੀ ਕਿੰਨੇ ਕ ਅਕਾਲੀ ਦਲ ਨੇ, ਕੋਈ ਅਕਾਲੀ ਦਲ ਮਾਨ ਹੈ, ਕੋਈ ਅਕਾਲੀ ਦਲ ਬਾਦਲ ਹੈ, ਕੋਈ ਅਕਾਲੀ ਦਲ 1920 ਹੈ, ਪਤਾ ਨੀ ਕਿੰਨੇ ਕ ਨੇ, ਕਹਿਣਾ ਔਖਾ ਹੈ। ਪਰ ਸ਼ਾਇਦ ਇਹ ਸਟੇਟਮੈਂਟਾਂ ਦਾ ਤੇਰੇ ਵਿਸ਼ੇ ਨਾਲ ਕੀ ਲੈਣਾ ਦੇਣਾ ਆ, ਤੂੰ ਗੱਲ ਤਾਂ ਇਹ ਕਰ ਵੀ ਜੇ ਤੂੰ ਜਿਹੜੀ ਅਕਾਲੀ ਦਲ ਦੇ ਬੰਦੇ ਆ ਉਹ ਗਏ ਕਨੇਡਾ, ਤੇਰੇ ਉਹਨਾਂ ਨਾਲ ਸੰਬੰਧ ਆ, ਤੈਂ ਲਾਈਵ ਕੀਤਾ, ਲੋਕ ਔਖੇ ਹੋ ਗਏ, ਤੇਰੀ ਗੱਲ ਇੰਨੀ ਕਹਿਣੀ ਬਣਦੀ ਆ ਵੀ ਭਾਈ ਅਕਾਲੀ ਦਲ ਇੰਨੀਆਂ ਮਿਹਨਤਾਂ ਦੇ ਨਾਲ ਬਣਿਆ ਆ। ਜਿਹੜਾ ਮਨਜੀਤ ਸਿੰਘ ਜੀ ਕੇ ਆ, ਉਹਦੇ ਪਿਓ ਨੇ ਸੰਤੋਖ ਸਿੰਘ ਨੇ ਦਿੱਲੀ ਦੇ ਵਿੱਚ ਇਹ ਕੰਮ ਕੀਤੇ ਹੋ ਆ, ਉਹ ਬੰਦੇ ਆ ਉਹ, ਇੰਨੀ ਮਿਹਨਤ ਅਸੀਂ ਨੀ ਚਾਹੁੰਦੇ, ਅਸੀਂ ਨੀ ਚਾਹੁੰਦੇ ਵੀ ਏਦਾਂ ਜੇ ਇੱਕ ਦੋ ਬੰਦੇ ਬਾਦਲ ਵਰਗੇ ਬੰਦੇ ਗਲਤੀਆਂ ਕਰ ਰਹੇ ਆ ਉਹਨਾਂ ਦੇ ਕਰਕੇ ਅਸੀਂ ਅਕਾਲੀ ਦਲ ਦਾ ਖਹਿੜਾ ਛੱਡ ਦਈਏ ਤੇ ਪੱਕਾ ਹੀ ਉਹਨਾਂ ਦਾ ਕਬਜ਼ਾ ਹੋ ਜਾਏ। ਜਿਹੜੇ ਚੰਗੇ ਬੰਦੇ ਆ ਉਹਨਾਂ ਦੇ ਨਾਲ ਅਸੀਂ ਤਾਂ ਵਿੱਚ ਨੌ ਉਡਾ ਕੇ ਬੈਠੇ ਆ, ਆਪਣੀ ਗਰਾਊਂਡ ਤਿਆਰ ਕਰਕੇ ਤੂੰ ਕਹਿ ਪਏ, ਇਸ ਕਰਕੇ ਅਸੀਂ ਉਹ ਬੰਦਿਆਂ ਨਾਲ ਸੰਬੰਧ ਰੱਖੇ ਹੋਆ, ਅਸੀਂ ਚਾਹੁੰਦੇ ਬਾਦਲਾਂ ਦੀਆਂ ਜੜਾਂ ਪੱਟਣੀਆਂ ਵਿੱਚੋਂ, ਜਿਹੜੇ ਗਲਤ ਬੰਦੇ ਕੱਢ ਕੇ ਬਾਹਰ ਰੱਖੀਏ, ਬਾਦਲ ਨੇ ਮਰ ਜਾਣਾ ਭਲਕੇ ਨੂੰ, ਜੇ ਅਸੀਂ ਸੰਬੰਧੇ ਤੋੜ ਲਿਆ ਉਹਦੇ ਉੱਤੇ ਕਾਬਜ਼ ਹਿੰਦੂ ਆ ਕੇ ਬੈਠਣਗੇ, ਤਾਂ ਅਸੀਂ ਵਿੱਚ ਸੰਬੰਧ ਰੱਖੇ ਹੋਆ। ਤੂੰ ਕੋਈ ਦਲੀਲ ਨਾਲ ਗੱਲ ਕਹਿ ਜਿਹਦੇ ਵਿੱਚ ਵਜਨ ਹੋਵੇ, ਕਹਿ ਕੇ ਗਾਹਾਂ ਚੱਲ ਆਪਣਾ, ਹਨਾ। ਕਦੇ ਤੂੰ ਕਹਿੰਦਾ ਬੜੀ ਮਿਹਨਤ ਨਾਲ ਬਣੀ ਆ, ਕਦੇ ਤੂੰ ਕਹਿੰਦਾ ਚੌਧਰਾਂ ਦੀ ਖਾਤਰ ਸਾਰੇ ਹੋ ਗਏ, ਕਦੇ ਤੂੰ ਕਹਿੰਦਾ ਬਣ ਬਹੁਤ ਅਕਾਲੀ ਦਲ ਗਏ, ਜਿਹਦੇ ਹੱਕ ਚ ਤਾਂ ਬੋਲਣਾ ਉਹ ਕਿੱਦਾਂ ਬੋਲੇਗਾ ਤੂੰ, ਹਨਾ। ਅਜੋਕੇ ਅਕਾਲੀ ਦਲ ਵਾਲੇ ਇਹ ਭੁੱਲ ਗਏ ਇਹ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ, ਬੜੀਆਂ ਕੁਰਬਾਨੀਆਂ ਦੇ ਨਾਲ 30,000 ਲੋਕ ਸਿੱਖ ਉਦੋਂ ਅਰੈਸਟ ਹੋਏ ਸਨ ਜਦੋਂ ਇਹ ਮੂਵਮੈਂਟਾਂ ਚੱਲੀਆਂ ਸਨ, 400 ਤੋਂ ਵੱਧ ਮਾਰੇ ਗਏ ਸੀ ਤੇ 2,000 ਤੋਂ ਵੱਧ ਉਦੋਂ ਜ਼ਖਮੀ ਹੋਏ ਸਨ। ਫਿਰ ਕੀ ਕਿਸੇ ਦੇ ਵਧੀਆ ਹੋਣ ਦਾ ਇਹ ਪੈਮਾਨਾ ਆ? ਉਹ ਸੰਸਥਾ ਬਣਨ ਦੇ ਲਈ ਅਰੈਸਟ ਕਿੰਨੇ ਹੋਏ ਆ? ਜਦੋਂ ਗੁਰੂ ਨਾਨਕ ਦੇਵ ਜੀ ਨੇ ਮੂਵਮੈਂਟ ਸ਼ੁਰੂ ਕੀਤੀ ਆ ਉਦੋਂ ਕਿੰਨੇ ਅਰੈਸਟ ਹੋਏ ਆ, ਕਿੰਨੇ ਮਰੇ ਆ? ਕੋਈ ਨੀ, ਇਹ ਪੈਮਾਨਾ ਆ ਕੋਈ? ਸਿੱਖ ਧਰਮ ਦੀ ਨੀਂਹ ਰੱਖੀ ਗਈ ਆ, ਜਨੇਊ ਦੀ ਗੱਲ ਜਦੋਂ ਹੋਈ ਆ ਕਿੰਨੇ ਅਰੈਸਟ ਹੋਏ ਆ ਉਦੋਂ? ਇਹ ਕੋਈ ਪੈਮਾਨਾ ਥੋੜਾ ਆ ਵੀ ਜਿਹੜੀ ਤੁਸੀਂ ਸਿਫਤ ਵੀ ਕਰਨੀ ਆ ਉਹਦੇ ਲਈ ਧਿਆਨ ਤਾਂ ਰੱਖੋ, ਕਾਹਦੇ ਲਈ ਕਰਨੇ ਤੁਸੀਂ, ਹਨਾ। ਇਹ ਜਿਹੜੇ ਜਨਮ ਸਥਾਨ ਸੀ, ਇਹ ਨਨਕਾਣਾ ਸਾਹਿਬ ਵਰਗੀਆਂ ਪਵਿੱਤਰ
ਥਾਵਾਂ ਸੀ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ। ਇਹ ਪਵਿੱਤਰ ਕਦੋਂ ਬਣੀ ਆ? ਨਨਕਾਣਾ ਸਾਹਿਬ ਦਾ ਫਿਕਰ ਜਿਹੜਾ ਗੱਲ ਫਿਰ ਮੁੜ ਕੇ ਉੱਥੇ ਆਉਂਦੀ ਆ ਵੀ ਕੀ ਦਸਵੇਂ ਪਾਤਸ਼ਾਹ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਆ ਕਦੇ? ਨਹੀਂ। ਹਿਸਟੋਰੀਕਲੀ ਜਿਹੜੇ ਬੰਦੇ ਇਤਿਹਾਸ ਨੂੰ ਜਾਣਦੇ ਆ ਉਹ ਦੱਸਣ ਤਾਂ ਗੁਰਦਾਨਿਆਂ ਨੂੰ ਦਸਵੇਂ ਗ੍ਰੰਥ 1430 ਪੰਨੇ ਦਾ ਐਡਾ ਵੱਡਾ ਗ੍ਰੰਥ ਲਿਖ ਦਿੱਤਾ, ਉਹਨੂੰ ਲਿਖਿਆ ਕਦੇ ਵੀ ਬੜੀ ਮਹਾਨ ਜਗ੍ਹਾ ਆ ਉਹ? ਨਹੀਂ। ਨੌਵੇਂ ਪਾਤਸ਼ਾਹ ਨੇ ਕਿਤੇ ਲਿਖਿਆ ਵੀ ਦਰਬਾਰ ਸਾਹਿਬ ਬੜੀ ਮਹਾਨ ਜਗ੍ਹਾ ਆ? ਨਹੀਂ। ਇਤਿਹਾਸ ਵੀ ਸਾਡਾ ਇਹੀ ਕਹਿੰਦਾ ਵੀ ਬੂਹਾ ਖੜਕਾਇਆ ਨਹੀਂ ਖੋਲਿਆ, ਆਜ਼ਾਦ ਕਰਾਇਆ ਉਹਨਾਂ ਨੇ। ਤੁਸੀਂ ਸਾਡੇ ਦਿਮਾਗਾਂ ਚ ਕਦੇ ਪਾਈ ਜਾਂਦੇ ਯਾਰ ਗੱਲਾਂ ਇਹ? ਕਦੇ ਤੁਸੀਂ ਵੀਜ਼ਾ ਲਵਾ ਲਵਾ ਕੇ ਉੱਥੇ ਨੂੰ ਦੌੜਿਓ ਆ? ਕਿਉਂ ਤੁਸੀਂ ਅਰਦਾਸ ਦੇ ਵਿੱਚੋਂ ਸ਼ਬਦ ਪਾਤੇ ਸਾਡੇ? ਕਿੱਥੋਂ ਆ ਗਿਆ ਸਾਡੇ ਕੋਲ ਇਹ? ਨਨਕਾਣਾ ਸਾਹਿਬ ਤੇ ਹੋਰ ਪਵਿੱਤਰ ਗੁਰਦੁਆਰੇ ਗੁਰਧਾਮਾਂ ਦੇ ਦਰਸ਼ਨ ਦੁਆਰੇ ਸਾਨੂੰ ਬਖਸ਼ਿਓ, ਕਾਹਦੇ ਲਈ ਪਾ ਦਿੱਤਾ ਤੁਸੀਂ? ਸਾਡਾ ਬਿਲਡਿੰਗ ਦੇ ਨਾਲ ਕੀ ਲੈਣਾ ਦੇਣਾ ਆ? ਸਾਡਾ ਦੇਹ ਨਾਲ ਕੀ ਲੈਣਾ ਦੇਣਾ ਆ? ਗੱਲ ਹੈਗੇ ਨੇ ਵਿਹਲੇ, ਗੁਰੂ ਸਾਹਿਬ ਵਿਹਲੇ ਥੋੜੀ ਸੀ, ਉਹਨਾਂ ਨੇ ਕੰਮ ਕਰਨਾ ਸੀ। ਨਾਲੇ ਉਹ ਜਦੋਂ ਨਾ ਤੁਹਾਡੇ ਕੋਲ ਕੁਛ ਬਣਨਾ ਹੋਵੇ, ਠੀਕ ਆ, ਜੇ ਇੱਕ ਕੰਪਨੀ ਆ, ਇੱਕ ਕੰਪਨੀ ਆ, ਮਤਲਬ ਉੱਥੇ ਕਾਰ ਦੀ ਕਾਢ ਨਿਕਲੀ ਆ, ਉਹ ਕਾਰਾਂ ਬਣਾਉਣ ਲੱਗ ਪਈ ਆ, ਠੀਕ ਹੈ, ਜਿਸ ਬੰਦੇ ਨੇ ਕਾਰਡ ਕੱਢੀ ਆ ਜਾਂ ਫੋਨ ਆ, ਜਿਸ ਬੰਦੇ ਨੇ ਕਾਰਡ ਕੱਢੀ ਆ ਉਹ ਕੰਮ ਕਰਦਾ ਸੀ 20 ਸਾਲ 50 ਸਾਲ ਕੀਤਾ, ਉਹ ਮਰ ਗਿਆ, ਉਹਦਾ ਗਾਂ ਬੱਚਾ ਆ ਗਿਆ, ਉਹ ਬੱਚੇ ਵਿੱਚ ਯੋਗਤਾ ਹੈ ਨੀ, 2-4 ਸਾਲ ਇਹਦੇ ਵਿੱਚ ਕੰਪਨੀ ਫੇਲ ਹੋ ਗਈ। ਹੁਣ ਲੋਕਾਂ ਨੂੰ ਕੀ ਦਿਖਾਲੂਗਾ ਸਵਾਏ ਤੋਂ ਵੀ ਮੇਰਾ ਪਿਓ ਆਹ ਕਰਦਾ ਹੁੰਦਾ ਸੀ, ਆਹ ਦੇਖੋ ਕਾਰ ਕਿੱਡੀ ਵੱਡੀ ਆ, ਠੀਕ ਆ। ਹੁਣ ਜਿਹੜਾ ਦੂਜਾ ਹੋ ਇੱਕ ਬੰਦਾ ਆ, ਉਹਦਾ ਬੱਚਾ ਜੇ ਮਿਹਨਤ ਕਰਕੇ ਜ਼ਿਆਦਾ ਤਰੱਕੀ ਕਰ ਗਿਆ, ਕੀ ਉਹ ਲੋਕਾਂ ਨੂੰ ਇਹ ਦਿਖਾਲੂਗਾ ਵੀ ਮੇਰੇ ਬਾਪ ਨੇ ਆਹ ਕਾਰ ਬਣਾਈ ਆ, ਸਾਡੇ ਕੋਲ ਆਹ ਕਾਰ ਬਹੁਤ ਵੱਡੀ ਹੁੰਦੀ ਸੀ, ਜਾਂ ਉਹ ਮਾਰਕੀਟ ਦੇ ਵਿੱਚ ਉਹ ਸਿੱਟੂਗਾ ਵੀ ਆਹ ਦੇਖੋ ਇਹਦੇ ਵਿੱਚ ਗਾਹਾਂ ਆਉਣ ਵਾਲੇ 5 ਸਾਲਾਂ 'ਚ ਆਹ ਕਾਰ ਬਣਾ ਰਹੇ ਸੀ, ਅਗਲੀ ਕ੍ਰਿਸਮਸ ਤੱਕ ਦਸੰਬਰ ਤੱਕ ਆਹ ਕਾਰ ਮਾਰਕੀਟ ਦੇ ਵਿੱਚ ਆਊਗੀ। ਹੁਣ ਤੱਕ ਅਸੀਂ ਸਿਰਫ ਪੈਸੈਂਜਰ ਕਾਰਾਂ ਬਣਾਉਂਦੇ ਸੀ, ਹੁਣ ਰੇਸਿੰਗ ਕਾਰਾਂ ਵੀ ਬਣਾਉਣ ਲੱਗੀਆਂ ਸੀ। ਕਿੰਨੀਆਂ ਕੰਪਨੀਆਂ ਉਹਨਾਂ ਨੇ, ਮਰਸੀਡੀ ਵਾਲਿਆਂ ਨੇ ਲਿਆ ਕੇ, ਯੂਟ ਵੀ ਲਿਆ ਕੇ ਖੜਾ ਕਰ ਦਿੱਤਾ ਬਰਾਬਰ ਮਾਰਕੀਟ ਦੇ ਵਿੱਚ। ਅਗਲੇ ਨੂੰ ਪਤਾ ਹੈ ਵੀ ਟ੍ਰੈਂਡ ਆ ਭਾਈ ਉਹਦਾ, ਠੀਕ ਹੈ। ਅਗਲੇ ਇਹ ਥੋੜੀ ਦੱਸਦੇ ਆ ਵੀ ਪਿੱਛੇ ਆ ਹੋਇਆ ਸਾਡੇ ਨਾਲ, ਨਹੀਂ ਨਾ, ਕੋਈ ਨੀ ਦੱਸਦਾ, ਸਿਰਫ ਸਾਡੇ ਇੱਥੇ ਸਾਡੇ ਇਹੀ ਹਾਲ ਆ ਵੀ ਜਾਨੀ ਕਦ ਪੁੱਛਣ ਦੇ ਬਾਪ ਦਾ ਕਦ ਦਾ, ਠੀਕ ਹੈ ਨਾ, ਕਿਉਂਕਿ ਹੈਗਾ ਨੀ ਹੁਣ ਕੁਛ, ਹੈ ਨੀ ਦੱਸਣਗੇ ਕੀ, ਹੈ ਨਾ, ਬਸ ਉਹ ਚੀਜ਼ ਸਾਨੂੰ ਹੁਣ ਗੁਰੂ ਪਾਤਸ਼ਾਹ ਵੇਲੇ ਕੀ ਹੁੰਦਾ ਸੀ, ਨਵੀਂ ਪਰਸਨੈਲਿਟੀ ਘੜੀ ਜਾ ਰਹੀ ਹੈ, ਸਾਰਾ ਕੁਛ ਉਹ ਤਾਂ ਉਹਨਾਂ ਨੂੰ ਪਤਾ ਆ, ਦਰਬਾਰ ਸਾਹਿਬ ਛੱਡਿਆ, ਆਨੰਦਪੁਰ ਜ਼ਮੀਨ ਲੈ ਕੇ ਉਹਨੀ ਸ਼ਹਿਰ ਵਸਾ ਦਿੱਤਾ, ਗੱਲ ਖਤਮ ਹੋ ਗਈ। ਹੁਣ ਗੁਰੂ ਦਸਵੇਂ ਪਾਤਸ਼ਾਹ ਨੂੰ ਪਤਾ ਹੈ ਵੀ ਆਨੰਦਪੁਰ ਦੀ ਵਡਿਆਈ ਨਹੀਂ ਹੈਗੀ, ਆਨੰਦਪੁਰ ਇਸ ਕਰਕੇ ਆਨੰਦਪੁਰ ਆ ਕਿਉਂਕਿ ਗੋਬਿੰਦ ਬੈਠਾ ਉੱਥੇ, ਗੁਰੂ ਸਾਹਿਬ ਬੈਠੇ ਬਿਲਕੁਲ। ਜਦੋਂ ਉਹ ਜਾ ਕੇ ਚਮਕੌਰ ਦੀ ਗੜੀ ਚ ਬਹਿ ਗਿਆ ਤੇ ਰੌਣਕ ਉੱਥੇ ਲੱਗ ਗਈ, ਖਤਮ ਹੋ ਗਿਆ, ਉਹ ਮਾਛੀ ਵੜੇ ਚੱਲ ਗਿਆ, ਰੌਣਕ ਉੱਥੇ ਲੱਗ ਗਈ, ਠੀਕ ਹੈ। ਹੁਣ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਉਹ ਹੈ ਕੀ ਆ, ਜਦੋਂ ਸਾਡੀ ਸੁੱਤ ਵਿੱਚ ਬਹਿ ਗਿਆ ਕੇ ਰੌਣਕ ਉੱਥੇ ਲੱਗ ਗਈ, ਠੀਕ ਹੈ। ਖੇੜਾ ਜਿਹੜਾ ਆ, ਖੇੜਾ ਬਿਲਡਿੰਗ ਕਰਕੇ ਨਹੀਂ ਹੈਗਾ, ਜਦੋਂ ਸਾਡੀ ਪਰਸਨੈਲਿਟੀ ਸਾਡੀ ਸ਼ਖਸੀਅਤ ਦੇ ਵਿੱਚ ਆ ਕੇ ਗੁਰੂ ਬੈਠਾ ਨਾ, ਫਿਰ ਉਹ ਪਰਸਨੈਲਿਟੀ ਜਿੱਥੇ ਵੀ ਜਾਂਦੀ, ਜਦੋਂ ਉਹ ਪਰਸਨੈਲਿਟੀ ਪਤਨੀ ਨਾਲ ਜੁੜਨੀ ਆ ਉੱਥੇ ਖੇੜਾ ਆ, ਜਦੋਂ ਬੱਚਿਆਂ ਨਾਲ ਜੁੜਨੀ ਆ ਉੱਥੇ ਖੇੜਾ ਆ। ਕਹਿਣ ਨੂੰ ਤਾਂ ਆਪਾਂ ਕਹੀ ਜਾਂਦੇ ਕਿ ਗੁਰੂ ਰੱਬ ਸਾਰੀ ਜਗ੍ਹਾ ਹੈ, ਗੁਰੂ ਸਾਰੀ ਜਗ੍ਹਾ, ਫਿਰ ਕਿੱਦਾਂ ਬਿਲਡਿੰਗਾਂ ਤੋਂ ਛੁਟਕਾਰਾ ਨਹੀਂ ਪਾਉਣ ਦੀ ਲੋੜ, ਨਾ ਗੁਰੂ ਸਾਹਿਬ ਨੇ ਬਿਲਡਿੰਗਾਂ ਤੋਂ ਪਵਾਇਆ ਨਾ ਸਰੀਰ ਤੋਂ। ਜਿਹੜਾ ਸਰੀਰ ਗੁਰੂ ਨੂੰ ਪ੍ਰਵਾਨ ਆ ਨਾ, ਰਾਮ ਰਾਏ ਪ੍ਰਵਾਨ ਸੀ ਨਾ, ਗੁਰੂ ਨੂੰ ਪ੍ਰਵਾਨ ਕਰਕੇ ਭੇਜਿਆ ਸੀ, ਠੀਕ ਹੈ ਨਾ, ਪਰ ਜਦੋਂ ਉੱਥੋਂ ਉੱਥੜਕਦਾ ਉਹ ਤੋਂ ਬਾਅਦ ਬਸ ਖਤਮ ਹੋ ਗਿਆ, ਉੱਥੇ ਕੋਈ ਕਨਵਿੰਸਿੰਗ ਨਹੀਂ ਹੋ ਰਹੀ, ਕੋਈ ਮਨਾਇਆ ਨਹੀਂ ਜਾ ਰਿਹਾ, ਕਿਸੇ ਨੂੰ ਕਿਸੇ ਬਾਰੇ ਇਹ ਨਹੀਂ ਸੋਚਿਆ ਜਾ ਰਿਹਾ ਭਾਈ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ, ਇਹਨੂੰ ਬਰਦਾਸ਼ਤ ਕਰੋ। ਸ਼੍ਰੀ ਚੰਦ ਬਾਰੇ ਕਿਤੇ ਨੀ, ਪ੍ਰਿਥੀ ਚੰਦ ਬਾਰੇ ਕਿਤੇ ਨੀ ਕਿਹਾ ਭਾਈ ਯਾਰ ਜੇ ਇੱਕ ਗਲਤੀ ਕਰ ਦਿੱਤੀ ਆ ਉਹਨੇ ਚੰਗੇ ਕੰਮ ਵੀ ਤਾਂ ਕੀਤੇ ਆ, ਇਹ ਵੀ ਤਾਂ ਦੇਖੋ ਕਦੇ ਨੀ ਮਨਾ ਲਓ ਜਾਂ ਸਮਝਾਓ ਇਹਨੂੰ ਕੁਛ ਨੀ, ਨਾ ਭਾਈ ਇੱਥੇ ਗੁਰੂ ਸਾਹਿਬ ਖੇਡਦੇ ਰਹੇ ਆ, ਇੱਥੇ ਆਹ ਹੁੰਦੀ ਰਹੀ ਆ। ਮੈਂ ਕਹਿੰਦਾ ਸਾਡੇ ਕੋਲ ਨਾ ਸਰਹੰਦ ਦੀ ਦੀਵਾਰ ਹੋਣੀ ਸੀ, ਨਾ ਚਮਕੌਰ ਦੀ ਗੜੀ ਹੋਣੀ ਸੀ, ਨਾ ਮੁਕਤਸਰ ਹੋਣਾ ਸੀ, ਜੇ ਗੁਰੂ ਸਾਹਿਬ ਇਹ ਦੇਖਦੇ ਵੀ ਮੇਰੇ 4 ਬੱਚੇ ਪੈਦਾ ਹੋਏ ਆ ਇੱਥੇ, ਮੇਰੇ ਪਿਤਾ ਦਾ ਸੀਸ ਪਹਿਲੀ ਵਾਰ ਇੱਥੇ ਆਇਆ ਸੀ, ਮੈਂ 10ਵੀਂ ਜੋਤ ਤੇ ਬੈਠਾ, ਬਿਰਾਜਮਾਨ ਹੋਇਆ ਇਸ ਥਾਂ ਤੋਂ ਬੈਠਾ, ਅੰਮ੍ਰਿਤ ਸੰਚਾਰ ਇੱਥੋਂ ਕੀਤਾ ਸੀ ਮੈਂ, ਠੀਕ ਹੈ। ਮੈਂ ਆਨੰਦਪੁਰ ਵੀ ਆਨੰਦਪੁਰ ਨਹੀਂ ਸੀ ਹੋਣਾ ਜੇ ਉਹ ਇਹ ਸੋਚਣ ਲੱਗ ਪੈਂਦੇ ਵੀ ਦਰਬਾਰ ਸਾਹਿਬ ਆਜ਼ਾਦ ਕਰਾਈਏ। ਬਿਲਕੁਲ, ਹੁਣ ਅਸੀਂ ਉਹ ਜਿਹੜੀ ਨਾ ਇਹ ਸੋਚ ਆ ਗੰਦੀ, ਜਿਹੜੀ ਭੈੜੀ ਸੋਚ ਆ, ਇਸ ਸੋਚ ਨੇ ਹੀ ਸ਼੍ਰੀ ਚੰਦ ਨੂੰ ਚੌਥੇ ਪਾਤਸ਼ਾਹ ਕੋ ਭੇਜਿਆ ਵੀ ਉਹਨਾਂ ਨੇ ਦਾੜੀ ਨਾਲ ਪੈਰ ਝਾੜੇ ਆ, ਉਹਨਾਂ ਨੇ ਆਹ ਕਿਹਾ, ਉਹਨਾਂ ਨੇ ਹੀ 6ਵੇਂ ਪਾਤਸ਼ਾਹ ਦਾ ਜਿਹੜਾ ਬੱਚਾ ਉਹ ਜਾ ਕੇ ਸ਼੍ਰੀ ਚੰਦ ਨੂੰ ਦਵਾਇਆ।
ਸਿੱਧਾ ਹੀ ਹੈ ਨਾ, ਤੁਸੀਂ ਪੁਰਾਣਾ ਛੱਡੋਗੇ ਤਾਂ ਹੀ ਕੁਛ ਹੋਰ ਕਰੋਗੇ, ਪੁਰਾਣੇ ਨੂੰ ਫੜੀ ਬੈਠੋ ਰੱਖੋ, ਗੱਫਾ ਮਾਰ ਕੇ ਰੱਖੋ, ਨਵਾਂ ਕੁਛ ਹੋਣਾ ਹੀ ਬਸ। ਉਹ ਤਾਂ ਗੁਰੂ ਸਾਹਿਬ ਛੱਡੀ ਗਏ ਪੁਰਾਣਾ, ਨਵਾਂ ਉਹਨਾਂ ਨੇ ਹੋਰ ਨਵਾਂ ਹੋ ਰਿਹਾ ਹਰ ਚੀਜ਼ ਜਿਹੜੀ, ਹਰ ਜਿਹੜਾ ਸਾਹਿਬ ਮੇਰਾ ਨੀਤ ਨਵਾਂ ਹੈ ਨਾ, ਉਹ ਹਰ ਛਿਣ ਦੇ ਵਿੱਚ, ਹਰ ਪਲ ਦੇ ਵਿੱਚ। ਤੁਸੀਂ ਹੁਣ ਦਰਖਤ ਆ, ਉਹਨੂੰ ਮੰਨ ਲਓ ਪੱਤੇ ਲੱਗੇ ਆ, ਫੁੱਲ ਲੱਗੇ ਆ, ਸੋਹਣਾ ਬਹੁਤ ਲੱਗਦਾ, ਤੇ ਰੋਕ ਲਓ ਫਿਰ ਉਹਨੂੰ, ਠੀਕ ਹੈ ਨਾ, ਇੱਦਾਂ ਥੋੜੀ ਆ, ਅਗਲੇ ਸਾਲ ਫਿਰ ਆ ਜਾਣੇ, ਠੀਕ ਹੈ। ਉਹਨੂੰ ਉਹਨੂੰ ਬਸ ਉਹਦੇ ਲਈ ਉਹਦੀ ਜਿਹੜੀ ਲੁੱਕ ਆਫਟਰ ਕਰਦੇ ਆ, ਟ੍ਰਿਮਿੰਗ ਕਰਦੇ ਆ, ਤੁਸੀਂ ਪ੍ਰੂਨਿੰਗ ਕਰਦੇ ਆ। ਹੁਣ ਬੰਦਾ ਕੀਵੀ ਲੱਗਿਆ, ਬਹੁਤ ਸੋਹਣਾ ਲੱਗਾ ਸੀ ਨਾ, ਫਲ ਵਧੀਆ ਲੱਗਾ ਸੀ, ਦੂਜੇ ਸਾਲ ਕਹੇ ਵੀ ਨਹੀਂ ਯਾਰ ਟਾਹਣੀਆਂ ਨੂੰ ਇੱਦਾਂ ਹੀ ਰੱਖੀਏ ਆਪਾਂ, ਕਿ ਦੁਬਾਰਾ ਫੇਰ ਜ਼ਿਆਦਾ ਲੱਗੂ, ਬਸ ਠੀਕ ਹੈ। ਉਹ ਤਾਂ ਉਹ ਪ੍ਰੂਨਿੰਗ ਜਿਹੜੀ ਹੋ ਰਹੀ ਆ ਨਾ, ਜਿਹੜਾ ਛੰਗ ਛਗਾਈ ਹੋ ਰਹੀ ਆ, ਉਹ ਤੋਂ ਡਰੀਏ ਨਾ, ਠੀਕ ਹੈ। ਕੁਛ ਨਵਾਂ ਆਉਣਾ ਆ, ਨਵੇਂ ਪੁੰਗਰਨ ਲਈ ਤਿਆਰ ਹੋਈਏ। ਜਿਹੜਾ ਰੱਬ ਨੇ ਵਿਧਾਨ ਬਣਾਇਆ ਨਾ, ਜਿਹੜਾ ਬੰਦੇ ਦਾ ਮੁੱਖ ਕਾਰਜ ਆ ਧਰਤੀ ਦੇ ਉੱਤੇ ਆ ਕੇ ਮਨੁੱਖ ਦਾ, ਉਹ ਇਹ ਆ ਵੀ ਆਪਣੇ ਵਰਗੇ ਪੈਦਾ ਕਰਨੇ। ਜਿਹੜੀ ਵੀ ਚੀਜ਼ ਰੱਬ ਨੇ ਧਰਤੀ ਤੇ ਬਣਾਈ ਆ, ਉਹ ਉਹਦੇ ਵਿੱਚ ਇਹ ਭਰਿਆ ਆ ਪਹਿਲਾਂ, ਤੇ ਤੂੰ ਆਪਣੀ ਨਸਲ ਨੂੰ, ਆਪਣੀ ਜਾਤ ਨੂੰ ਕਾਇਮ ਰੱਖਣਾ। ਜਿੰਨੇ ਦਰਖਤ ਆ, ਜਿੰਨੇ ਬੂਟੇ ਆ, ਉਹਨਾਂ ਦੇ ਅੰਦਰ ਅੱਗੇ ਬਣਾਉਣ ਦੇ ਲਈ ਕੋਈ ਨਾ ਕੋਈ ਰਾਹ ਆ, ਠੀਕ ਹੈ। ਕਿਉਂਕਿ ਹਰ ਚੀਜ਼ ਜਿਹੜੀ ਬਣਾਈ ਆ ਰੱਬ ਨੇ, ਜ਼ਰੂਰੀ ਆ ਉਹ, ਕੋਈ ਨਾ ਕੋਈ ਕਾਰਨ ਆ ਉਹਦਾ, ਬਿਲਕੁਲ ਠੀਕ ਹੈ। ਹਾਂ, ਲੱਭ ਨਹੀਂ ਰਿਹਾ ਸਾਨੂੰ, ਜਦੋਂ ਇਹਦਾ ਲੱਭੀ ਗਏ। ਹੁਣ ਕੁਆਰ ਵਰਗੀਆਂ ਚੀਜ਼ਾਂ ਜਿਹੜੀਆਂ, ਐਲੋਵੀਰਾ ਆ, ਹਨਾ, ਤੇ ਹੁਣ ਕਿੰਨੀ ਨਫ਼ਰਤ ਹੁੰਦੀ ਸੀ ਜਦੋਂ ਪਹਿਲਾਂ ਇੰਡੀਆ ਦੇਖਦੇ ਹੁੰਦੇ ਸੀ, ਏਦਾਂ ਵੀ ਇਹ ਕਾਤੇ ਲੱਗੀ ਹੋਇਆ ਇਹ, ਠੀਕ ਹੈ। ਹੁਣ ਤੁਸੀਂ ਦੇਖੋ ਵੀ ਕਿੰਨੀਆਂ ਚੀਜ਼ਾਂ ਦੇ ਵਿੱਚ, ਜੂਸ ਦੇ ਵਿੱਚ, ਦਵਾਈਆਂ ਦੇ ਵਿੱਚ, ਬਿਊਟੀ ਦੇ ਵਿੱਚ, ਕਰੀਮਾਂ ਦੇ ਵਿੱਚ, ਕੋਈ ਜਗ੍ਹਾ ਨੀ ਜਿੱਥੇ ਜਿੱਥੇ ਉਹ ਕੰਮ ਨੀ ਆ ਰਹੇ। ਐਲੋਵੀਰਾ ਤਾਂ ਬੜਾ ਵਧੀਆ, ਉਹ ਸਾਡੇ ਉੱਥੇ ਕਿਸੇ ਨੂੰ ਐਲਰਜੀ ਸੀਗੀ, ਛੋਟੇ ਛੋਟੇ ਦਾਣੇ ਨਿਕਲ ਜਾਂਦੇ ਸੀ, ਪਤਾ ਨੀ ਕਿੱਥੇ ਕਿੱਥੇ ਕਿਹਨੇ ਕਿਹੜੇ ਵੱਡੇ ਵੱਡੇ ਡਾਕਟਰ ਕੋਲ ਗਏ ਨੇ, ਕੁਛ ਨੀ ਫਰਕ ਪਿਆ। ਵੈਸੇ ਉਹਨਾਂ ਨੇ ਕਰੀਮ ਮਜ਼ਾਰ ਕਿਧਰੇ ਗਏ ਹੋਣੇ, ਚੱਕ ਲਈ ਹੋਣੀ ਐਲੋਵੀਰਾ ਦੀ ਸੀਗੀ ਉਹ, ਤੇ ਉਹ ਵੈਸੇ ਉਹਨਾਂ ਨੇ ਉਹ ਲੋਸ਼ਨ ਜਿਹਾ ਸੀਗਾ, ਉਹਨਾਂ ਨੇ ਲਾਤੀ ਕਿਧਰੇ, ਵੈਸੇ ਆਪਣੇ ਨਾਲ ਬਾਡੀ ਤੇ ਵੀ ਲਾਤੀ ਹੋਣੀ ਹੈ, ਤੇ ਝੱਟ ਫਰਕ ਪੈ ਗਿਆ ਉਹਨਾਂ ਦੇ ਨਾਲ, ਛੋਟੇ ਛੋਟੇ ਦਾਣੇ ਸੀ, ਕੋਈ ਕਿਸੇ ਦਵਾਈ ਨਾਲ ਕੁਛ ਨੀ ਹੋਇਆ, ਪਰ ਐਲੋਵੀਰਾ ਨਾਲ ਬਸ ਉਹ ਚੀਜ਼ਾਂ ਜਾਣੀ, ਹਰ 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 ਸ਼ੈ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ, ਹਰ ਪਲ ਸੰਸਾਰ ਜਿਹੜਾ ਆ ਨਵਾਂ ਬਣ ਰਿਹਾ, ਸਿਰਜਿਆ ਜਾ ਰਿਹਾ। ਉਹ ਜਿਹੜੀ ਸਿਰਜਣਾ ਹੋ ਰਹੀ ਹੈ ਨਾ, ਉਹਦੇ ਚ ਤੁਸੀਂ ਕਿੱਥੇ ਖੜੇ ਹੋ? ਤੇ ਤੁਸੀਂ 1920 ਦੀਆਂ ਗੱਲਾਂ ਕਰੀ ਜਾਂਦੇ, ਅਸੀਂ ਮਹੰਤਾਂ ਤੋਂ ਆਜ਼ਾਦ ਕਰਾਏ, ਅਸੀਂ ਇਹ ਕਰਿਆ ਤਾਂ ਕੱਢਿਆ ਸੀ, ਹੁਣ ਤੁਸੀਂ ਉਦੋਂ ਉਹਨੂੰ ਤੋਂ ਕਰਵਾ ਲੈ, ਉਦੋਂ ਆਜ਼ਾਦ ਕਰਵਾ ਕੇ ਬਿਠਾ ਕਿਹੜੇ ਦਿੱਤੇ? ਅੰਗਰੇਜ਼ਾਂ ਨੂੰ ਕੱਢ ਦਿੱਤਾ ਤੁਸੀਂ, ਅੰਗਰੇਜ਼ਾਂ ਨੂੰ ਕੱਢ ਕੇ ਬਿਠਾ ਕਿਹੜੇ ਲਏ ਉੱਤੇ? ਠੀਕ ਹੈ, ਇਸ ਕਰਕੇ ਬੜਾ ਸਾਨੀ ਸਾਡੇ ਵਿਚਾਰਨੇ ਵਾਲੀਆਂ ਗੱਲਾਂ ਇਹ, ਕੋਈ ਨੀ ਜਿੱਦਾਂ ਜੋ ਕਰਦੇ ਆ ਗਲਤ ਆ, ਜੇ ਮੁੱਦੇ ਦੀ ਕਰਨੀ ਆ, ਪਰ ਸੁਣਦੇ ਆ ਆਪਾਂ ਦੇ ਕਬਜ਼ੇ ਚ। ਪਿਛਲੇ ਇਹ ਮੈਂ ਥੋੜਾ ਜਿਹਾ ਜ਼ਿਕਰ ਕਿਉਂ ਕੀਤਾ ਹੈ, ਕਿਉਂਕਿ ਲਗਾਤਾਰ ਪਿਛਲੇ 2 ਹਫ਼ਤਿਆਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਆਏ ਨੇ। ਮੈਂ ਰੇਡੀਓ ਤੇ ਮੀਡੀਆ ਹੋਣ ਦੇ ਨਾਤੇ 1 ਘੰਟਾ ਗੱਲਬਾਤ ਉਹਨਾਂ ਨਾਲ ਕੀਤੀ। ਉਹ ਗੁਰਦੁਆਰਾ ਸਾਹਿਬ ਰੋ ਸਟੀਟ ਗਏ, ਆਪਣੇ ਗਰੁੱਪ ਨਾਲ ਇੱਥੇ ਮੀਟਿੰਗ ਕੀਤੀਆਂ, ਵਾਪਸ ਚਲੇ ਗਏ। ਉਸ ਤੋਂ ਅਗਲੇ ਹਫ਼ਤੇ ਯਾਨੀ ਕਿ ਪਿਛਲੇ ਵੀਕਐਂਡ ਸਰਦਾਰ ਮਨਜਿੰਦਰ ਸਿੰਘ ਸਰਸਾ ਇੱਥੇ ਆਏ, ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ। ਇੱਕ ਸੁਝਾਅ ਆਇਆ ਕੁਲਦੀਪ ਸਿੰਘ ਵਰਗੇ ਬੰਦਿਆਂ ਨੂੰ, ਜਿਨ੍ਹਾਂ ਦੇ ਫੁਕਰੇ ਹੈਗੇ ਆ ਨਾ, ਜਿੱਦਾਂ ਇਹ ਸਾਰਿਆਂ ਦੀ ਸਾਂਝੀ ਭਾਬੀ ਬਣਨਾ ਚਾਹੁੰਦੇ ਆ, ਇਹਨਾਂ ਨੂੰ ਚਾਹੀਦਾ ਕਿਸੇ ਖਾਸ ਦੇ ਨਾਲ ਨਾ ਰੱਖਣ ਇਹ। ਹੁਣ ਜਦੋਂ ਢੱਡੀਆਂ ਵਾਲੇ ਕੋ ਗਏ ਆ, ਇਹ ਸਿਰਫ ਮੀਡੀਆ ਪਰਸਨ ਬਣ ਕੇ ਚੱਲ ਜਾਂਦੇ ਉਹਨਾਂ ਕੋਲ, ਉੱਥੇ ਸਟੇਜ ਤੇ ਇੱਦਾਂ ਬੋਲੇ ਜਿੱਦਾਂ ਭਾਈ ਮੇਰਾ ਬਹੁਤ ਨੇੜਤਾ ਹੈ ਇਹਨਾਂ ਦੇ ਨਾਲ, ਪੰਥਪ੍ਰੀਤ ਨੂੰ ਲੈ ਕੇ ਇੱਦਾਂ ਬੋਲਦੇ ਜਿੱਦਾਂ ਭਾਈ ਮੈਂ ਪੰਥਪ੍ਰੀਤ ਦਾ ਤਾਂ ਖਾਸ ਹੀ ਆ ਨਾ, ਜੋੜ ਲੈਂਦੇ ਆਪਣੇ ਆਪ। ਉਹ ਜਿਹੜੀ ਜਦੋਂ ਕੋਈ ਸੈਮੀਨਾਰ ਹੁੰਦਾ ਉਦੋਂ ਇੱਦਾਂ ਹੁੰਦਾ ਵੀ ਮੇਰੀ ਡਿਊਟੀ ਰੱਬ ਨੇ ਲਾਈ ਧਰਤੀ ਤੇ, ਇਸ ਕਰਕੇ ਵੀ ਸੈਮੀਨਾਰ ਤਾਂ ਇਹਨਾਂ ਗਰੁੱਪਾਂ ਦੇ ਕਰਾਉਣੇ ਆ, ਵੀ ਜਦੋਂ ਤੁਸੀਂ ਸਾਰਿਆਂ ਨਾਲ ਬਣਨਾ ਫਿਰ ਤੁਸੀਂ ਐਜ਼ ਏ ਮੀਡੀਆ, ਹੁਣ ਤੂੰ ਕਹਿੰਦਾ ਮੀਡੀਆ ਪਰਸਨ ਮੇਰੀ ਗੱਲ ਹੋਈ ਆ ਰੇਡੀਓ ਦੇ ਉੱਤੇ ਘੰਟਾ, ਹਨਾ, ਤੂੰ ਸਾਰਿਆਂ ਦੇ ਨਾਲ ਇੱਦਾਂ ਪ੍ਰੋਫੈਸ਼ਨਲੀ ਵਿਚਰ ਫਿਰ, ਸਵਾਰਥ ਹੈ ਨਾ ਫਿਰ, ਜੇ ਮੀਡੀਆ ਤਾਂ ਫਿਰ ਤੂੰ ਹੁੰਦਾ ਜਿਹਨੂੰ ਕਿਉਂ ਤੂੰ ਭੰਡ ਰਿਹਾ, ਫਿਰ ਕਹਿ ਮੀਡੀਆ ਬਸ ਉਹਨਾਂ ਨਾਲ ਗੱਲਬਾਤ ਹੋਈ ਮੇਰੀ, ਠੀਕ ਹੈ, ਧਮਕੀਆਂ ਕਿਉਂ ਸਾਨੂੰ ਦੇਈਆਂ? ਨਹੀਂ ਨਹੀਂ, ਜੋੜ ਕੇ ਰੱਖਦੇ ਆ। ਕਮੇਟੀ ਦੇ ਜਨਰਲ ਸਕੱਤਰ ਨੇ, ਭਾਜਪਾ ਦੇ MLA ਦਿੱਲੀ ਤੋਂ ਨੇ, ਸਰਦਾਰ ਸੁਖਵੀਰ ਸਿੰਘ ਬਾਦਲ ਦੇ ਐਡਵਾਈਜ਼ਰ ਰਹੇ ਨੇ। ਇਹ ਜਦੋਂ ਟੂਰ ਦੂਸਰਾ ਹੋਇਆ, ਦੂਜੇ ਟੂਰ ਦੇ ਵਿੱਚ ਮੈਨੂੰ ਦੋਨੇ ਨੇਤਾਵਾਂ ਨਾਲ ਬਹਿ ਕੇ ਮਿਲਣ ਦਾ ਮੌਕਾ ਮਿਲਿਆ, ਕੁਝ ਗੱਲਾਂ ਬਾਤਾਂ ਹੋਈਆਂ, ਪ੍ਰੋਗਰਾਮ ਰੇਡੀਓ ਤੇ ਵੀ ਹੋਇਆ, ਪਰੰਤੂ ਸਰਦਾਰ ਮਨਜਿੰਦਰ ਸਿੰਘ ਸਰਸਾ ਉਹਨਾਂ ਦੀ
ਗੁਰਦੁਆਰਾ ਸਾਹਿਬ ਰੋ ਸਟਰੀਟ ਦੇ ਵਿਚ ਜਿਹੜੀ ਫੇਰੀ ਸੀ, ਮੇਰਾ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਸੇ ਸੱਜਣ ਨੇ, ਸਾਡੇ ਪਰਿਵਾਰਕ ਨੇੜਤਾ ਵਾਲੇ, ਉਹਨਾਂ ਦਾ ਲੰਗਰ ਸੀ, ਉਹਨਾਂ ਵੱਲੋਂ ਉਚੇਚੇ ਤੌਰ ਦੇ ਉੱਤੇ ਸੱਦਾ ਆਇਆ ਸੀ। ਪਰ ਉਸੇ ਦਿਨ ਹੀ ਸਰਦਾਰ ਮਨਜਿੰਦਰ ਸਿੰਘ ਸਰਸਾ ਵੀ ਉੱਥੇ ਆਏ ਸਨ, ਖਾਲਸਾ ਦੀਵਾਨ ਸੋਸਾਇਟੀ ਰੋ ਸਟਰੀਟ। ਮੇਰੇ ਨਾਲ ਟਾਕ ਸ਼ੋਅ ਕਰਨ ਤੋਂ ਬਾਅਦ ਉੱਥੇ ਪਹੁੰਚੇ, ਉੱਥੇ ਕੁਛ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡਾ ਸਥਾਨਕ ਹੈ, ਕਿਉਂਕਿ ਮੁਸ਼ਕਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਇੱਥੇ ਵੀ, ਜਿਵੇਂ ਇੰਡੀਆ ਦੇ ਵਿੱਚ 1920 ਹੈ ਤੇ ਬਾਦਲ ਹੈ, ਇੱਥੇ ਵੀ ਦੋ ਗਰੁੱਪ ਬਣੇ ਹੋਏ ਨੇ ਅਕਾਲੀਆਂ ਦੇ। ਇੱਕ ਗਰੁੱਪ ਜਿਹੜਾ ਪਹਿਲਾਂ ਕੰਮ ਕਰਦਾ ਸੀ, ਜਿਹਦੇ ਪ੍ਰਧਾਨ ਸਨ ਸਰਦਾਰ ਅਜੀਤ ਸਿੰਘ ਬਾਦ, ਜਿਹੜੇ ਸਾਡੇ ਪਹਿਲੇ ਰੇਡੀਓ ਹੁੰਦਾ ਸੀ, ਰੇਡੀਓ ਸ਼ੇਰੇ ਪੰਜਾਬ ਦੇ ਡਾਇਰੈਕਟਰ ਨੇ, ਡਾਇਰੈਕਟਰ ਰਹੇ ਨੇ, ਤੇ ਉਹਨਾਂ ਦੇ ਨਾਲ ਸਰਦਾਰ ਕੁਲਵਿੰਦਰ ਸਿੰਘ ਮੱਲੀ, ਵਿਦੇਸ਼ਾ ਜੀ, ਮਿੰਦਰੀ ਜੀ, ਹੋਰ ਬੜੇ ਪ੍ਰਹਾਰ ਜੀ, ਇਹ ਸਾਰੇ ਨੇਤਾ ਕੰਮ ਕਰਦੇ ਰਹੇ। ਤੇ ਜਿਉਂ ਜਿਉਂ ਸਰਕਾਰਾਂ ਬਦਲਦੀਆਂ ਗਈਆਂ, ਡਿਪੈਂਡ ਕਰਦਾ ਕਿ ਕਿਹਨਾਂ ਦੀ ਨੇੜਤਾ ਤੁਹਾਡੇ ਨਾਲ ਹੈ। ਬਾਅਦ ਦੇ ਸਰਦਾਰ ਖੱਖ ਜੀ, ਗੁਰਚਰਨ ਸਿੰਘ ਖੱਖ, ਮੇਰੇ ਬੜੇ ਪਿਆਰੇ ਮਿੱਤਰ ਵੀ ਨੇ, ਉਹਨਾਂ ਨੂੰ ਇਹ ਮੌਕਾ ਮਿਲਿਆ। ਤੇ ਬਾਅਦ ਦੇ ਵਿਚ ਜਦੋਂ ਜਹੇਦਾ ਤੋਤਾ ਸਿੰਘ ਜਾਂ ਕੁਝ ਹੋਰ ਲੀਡਰ ਇੱਥੇ ਆਏ, ਤੇ ਕੁਝ ਕ ਜਿਹੜੇ ਸਾਡੇ ਆਪੋ ਬਣੇ ਯੂਥ ਦੇ ਨੇਤਾ ਸਨ, ਉਹਨਾਂ ਨੇ ਉਹਨਾਂ ਲੀਡਰਾਂ ਦੀ ਕਾਫੀ ਤੋਏ ਤੋਏ ਕਰਵਾਈ, ਕਹਿਣ ਦਾ ਭਾਵ ਕਿ ਉਹਨਾਂ ਨੂੰ ਪ੍ਰੋਗਰਾਮ ਨਾ ਕਰਨ ਦਿੱਤੇ, ਤੇ ਲੋਕਾਂ ਨੇ ਉਹਨਾਂ ਦੇ ਐਜੀਟੇਸ਼ਨ ਕੀਤੇ, ਵਾਪਸ ਚਲੇ ਗਏ। ਯੂਥ ਅਕਾਲੀ ਦਲ ਹੋਣ ਦੇ ਵਿਚ ਆਇਆ, ਜਦੋਂ ਯੂਥ ਅਕਾਲੀ ਦਲ ਦੀਆਂ ਸ਼ਕਲਾਂ ਦੇਖਣ ਲੱਗੇ, ਪਤਾ ਲੱਗਾ ਕਿ ਇਹ ਯੂਥ ਵਾਲੇ ਨੇ, ਕਿ ਉਹਦੇ ਵਿਚ ਮਾਫ ਕਰਨਾ, ਇਹ ਅਸਲੀਅਤ ਹੈ, ਮੈਂ ਅੱਜ ਦੇ ਪ੍ਰੋਗਰਾਮ ਨੂੰ ਕਰ ਵੀ ਇਸੇ ਕਰਕੇ ਰਹੇ ਹਾਂ, ਇਹ ਪ੍ਰੋਗਰਾਮ ਸਿਰਫ ਮੇਰੇ ਤੇ ਅੱਜ, ਮੀਡੀਆ ਕੀ ਹੈ ਨਹੀਂ, ਉਹ ਜਿਹੜਾ ਹੈਗਾ ਵੀ ਉਹਨਾਂ ਦੀਆਂ ਸ਼ਕਲਾਂ ਜਿਹੜੀਆਂ ਜਿਹੜੀਆਂ, ਇਹ ਫੈਸਲਾ ਤੁਸੀਂ ਥੋੜੀ ਕਰਨਾ ਹੈ, ਜਿਹੜਾ ਅਕਾਲੀ ਦਲ ਆ ਉਹਦੀ ਮੈਨੇਜਮੈਂਟ ਜਿਹੜੀ ਆ ਉਹਨੇ ਫੈਸਲਾ ਕਰਨਾ। ਜੇ ਤੁਹਾਨੂੰ ਇਹ ਇਹ ਲੱਗਦਾ ਆ ਵੀ ਇਹ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਬੰਦੇ ਤੁਹਾਡਾ ਵਿਰੋਧ ਕਰਕੇ ਖੜ ਗਏ, ਉਹਨਾਂ ਦੀਆਂ ਸ਼ਕਲਾਂ ਦੇਖ ਕੇ ਤੁਹਾਨੂੰ ਫਿਕਰ ਹੋ ਗਿਆ, ਤੇ ਜਦੋਂ ਸ਼ਕਲਾਂ ਦੇਖੀਆਂ ਤਾਂ ਉਹ ਜਿਹੜੀਆਂ ਕੋ ਮੂੰਹ ਨਾ ਕੋ ਇਦਾਂ ਕਿਸੇ ਕੰਮ ਦਾ। ਹੁਣ ਅਕਾਲੀ ਦਲ ਦਾ ਕੰਟਰੋਲ ਬਾਦਲ ਹੋਣਾ ਕੋਲ ਆ, ਉਹ ਫੈਸਲਾ ਕਰਦੇ ਆ ਵੀ ਕਿਨੇ ਯੂਨਿਟ ਬਣਨਾ ਸਾਡੀ, ਠੀਕ ਆ, ਤੁਸੀਂ ਉਹਦਾ ਤਾਂ ਹਿੱਸਾ ਰਹਿਣਾ ਚਾਹੁੰਦੇ ਆ ਅਕਾਲੀ ਦਲ ਦਾ ਤਾਂ, ਰਾਈਟ, ਠੀਕ ਆ, ਵੀ ਜਿਹੜੇ ਮੈਨੇਜਮੈਂਟ ਦੇ ਫੈਸਲੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਠੀਕ ਨੀ। ਹੁਣ ਜਿਹੜੇ ਇੱਦਾਂ ਦੇ ਬੰਦੇ ਹੁੰਦੇ ਨਾ, ਉਹਨਾਂ ਨੂੰ ਹਮੇਸ਼ਾ ਹੀ ਮੈਨੇਜਮੈਂਟ ਕੰਮ ਕਰਨ ਲਈ ਵਰਤਦੀ ਹੁੰਦੀ ਹੈ। ਅਗਲੇ ਨੂੰ ਪਤਾ ਹੁੰਦਾ ਵੀ ਜਦੋਂ ਨਾ ਸਾਰਿਆਂ ਦੇ, ਮੇਰਾ ਨਿਊਜ਼ੀਲੈਂਡ ਦਾ ਤਜਰਬਾ ਆ, ਸਾਰੇ ਗਰੁੱਪਾਂ ਦੇ ਵਿੱਚ ਇੱਦਾਂ ਦੇ ਬੰਦੇ ਇਨੀ ਰੱਖਿਓ ਹੁੰਦੇ ਸੀ, ਇੱਦਾਂ ਰੱਖਿਓ ਮਤਲਬ ਜਦੋਂ ਤਾਂ ਉਹਨਾਂ ਨੂੰ ਲੋੜ ਪੈਣੀ, ਠੀਕ ਆ, ਉਦੋਂ ਉਨੀ ਉਹਨੂੰ ਹੱਲਾਸ਼ੇਰੀ ਦੇ ਕੇ ਕਰਕੇ ਆ ਕੇ ਕੰਮ ਕਰਵਾ ਲੈਣਾ, ਠੀਕ ਆ, ਉਦਾਂ ਉਹਨਾਂ ਨੇ ਬੋਲੀ ਜਾਣਾ ਵਿਰੁੱਧ ਕਮੇਟੀ ਦੇ, ਤੇ ਉਹ ਸੁਣੀ ਜਾਣਾ ਉਹਨੀ, ਜਦੋਂ ਕਿਸੇ ਨੇ ਕਹਿਣਾ ਵੀ ਉਹ ਲੱਗਾ, ਉਹ ਕਹਿੰਦੇ ਕੋਈ ਨੀ, ਉਹ ਇੱਦਾਂ ਗੁੱਸੇ ਹੋ ਜਾਂਦਾ ਹੁੰਦਾ, ਕੋਈ ਨੀ ਆਪਾਂ ਕਰ ਲੈਣਾ, ਮੀਟਿੰਗ ਤੋਂ ਪਹਿਲਾਂ ਮਨਾ ਲੈਣਾ ਸੀ, ਮੀਟਿੰਗ ਦੇ ਵਿੱਚ ਫਿਰ ਉਹਨੀ ਜਾ ਕੇ ਇੱਦਾਂ ਜਾ ਕੇ ਕਹਿਣਾ ਜਾਣੀ, ਉਦੋਂ ਪਹਿਲਾਂ 10-12 ਸਾਲ ਇੱਦਾਂ ਰਹੀ ਆ ਵੀ ਜਦੋਂ ਮੀਟਿੰਗ ਦੇ ਦਿਨ ਫਿਰ ਉਹਨੀ ਕਹਿਣਾ ਜਾ ਕੇ ਵੀ ਨਹੀਂ ਦੇਖ ਲਓ ਫਿਰ ਕੇਵਲ ਸਿੰਘ ਹੁਣੀ ਹੋਣਗੇ ਫਿਰ, ਠੀਕ ਆ, ਉਹ ਜਿਹੜਾ ਪਹਿਲਾਂ ਗਰੁੱਪ ਹੁੰਦਾ ਸੀ ਜਸਵੀਰ ਸਿੰਘ, ਪਿਆਰਾ ਸਿੰਘ ਹੁਣਾਂ ਦਾ, ਉਹਨੀ ਫਿਰ ਇਹਨਾਂ ਦਾ ਜਿਹੜੇ ਕੌਲਮਾ ਰੋਡ ਵਾਲੇ ਪ੍ਰਿਥੀਪਾਲ ਸਿੰਘ ਹੁਣੀ, ਇਹਨਾਂ ਦਾ ਸਾਰਾ ਗਰੁੱਪ, ਠੀਕ ਹੈ, ਇਹ ਕੌਲਮਾ ਰੋਡ ਬਾਅਦ ਵਿੱਚ ਬਣਿਆ ਗੁਰਦੁਆਰਾ, ਉਹਨੀ ਫਿਰ ਇਹਨਾਂ ਦਾ ਨਾਂ ਲੈ ਦੇਣਾ ਵੀ ਦੇਖ ਲਓ ਵੀ ਜੇ ਹੁਣ ਆਪਾਂ ਇਕੱਠੇ ਨਾ ਹੋਏ ਫਿਰ ਉਹ ਆਉਣਗੇ, ਠੀਕ ਹੈ। ਹੁਣ ਉਹ ਵੀ ਬੰਦੇ, ਇਹ ਬੰਦੇ ਸਾਰੇ ਜਦੋਂ ਆਟਾਹੂ ਗੁਰਦੁਆਰਾ ਬਣਿਆ ਉਦੋਂ ਹਿੱਸਾ ਸੀਗੀ ਕਮੇਟੀ ਦਾ ਬਣਾਉਣ ਦੇ ਵਿੱਚ, ਠੀਕ ਹੈ, ਬਾਅਦ ਦੇ ਵਿੱਚ ਚਲੋ ਫਰਕ ਪੈ ਗਿਆ, ਉਹਨੇ ਜਾ ਕੇ ਆਪਣੀ ਸੰਸਥਾ ਬਣਾ ਲਈ। ਤਾਂ ਮੈਂ ਕਹਿੰਦਾ ਵੀ ਉਹ ਬੰਦੇ ਇਹਨਾਂ ਇੱਦਾਂ ਦੇ ਬੰਦਿਆਂ ਨੂੰ ਰੱਖਿਆ ਵੀ ਨਹੀਂ, ਇਸ ਕਰਕੇ ਹੁੰਦਾ ਵੀ ਵਲੰਟੀਅਰ ਕੰਮ ਇਹਨਾਂ ਤੋਂ ਲੈਣਾ ਹੁੰਦਾ ਤੇ ਇਸ ਕਰਕੇ ਉਹਨਾਂ ਨੂੰ ਦੇਣਾ ਕੁਛ ਨਹੀਂ ਹੁੰਦਾ, ਉਹਦੇ ਬਦਲੇ ਚ ਇਹ ਇੱਦਾਂ ਬੋਲ ਬੋਲ ਕੇ ਭੰਡ ਕੇ ਆਪਣੇ ਆਪ ਨੂੰ ਇੰਪੋਰਟੈਂਟ ਸਮਝੀ ਬੈਠੇ ਹੁੰਦੇ ਆ, ਠੀਕ ਹੈ, ਤੇ ਜਦੋਂ ਵੀ ਫਿਰ ਉਹਨਾਂ ਦਾ ਬੱਸ ਚੱਲਦਾ ਮੈਨੇਜਮੈਂਟ ਦਾ, ਉਦੋਂ ਉਦੋਂ ਕਰਕੇ ਇਹਨਾਂ ਨੂੰ ਪਤਿਆ ਕਿ ਜਿੱਥੇ ਉਹਨਾਂ ਨੂੰ ਲੱਗਦਾ ਭਈ ਹੁਣ ਇਹ ਫੈਸਲਾ ਅਸੀਂ ਕਰਨਾ ਆ, ਇਸ ਬੰਦੇ ਨਾਲ ਕਰਨਾ ਸਮਝੌਤਾ, ਤੇ ਇਹਨਾਂ ਵਿੱਚ ਰੌਲਾ ਪਾਉਣਾ, ਉਦੋਂ ਉਹਨੂੰ ਬਾਹਰ ਕੱਢ ਕੇ ਉਹਨੇ ਆਪਣਾ ਕੰਮ ਕਰ ਲੈਣਾ ਸਾਰਾ,
ਸਮਝੌਤਾ ਕਰ ਲੈਣਾ, ਕੰਮ ਕਰ ਲੈਣਾ, ਮੁੜ ਕੇ ਜਦੋਂ ਟਾਈਮ ਆਉਣਾ ਉਹਨੂੰ ਕੋਈ ਨਾ ਕੋਈ ਜਿਸ ਗੱਲ ਤੋਂ ਭੜਕਦਾ ਆ, ਜੇ ਤਾਂ ਉਹਨੂੰ ਪਤਾ ਆ, ਇਹਨਾਂ ਨੂੰ ਪਤਾ, ਅਗਲੇ ਨੂੰ, ਮੈਨੇਜਮੈਂਟ ਨੂੰ ਪਤਾ ਆ ਵੀ ਇਸ ਗੱਲ ਤੋਂ ਇਹ ਇੱਦਾਂ ਹੁੰਦਾ ਪਿੱਲੇ, ਅੱਛਾ ਸਾਡੇ ਇੱਥੋਂ ਨਿਕਲ ਜਾਊਗਾ, ਉਹਦਾ ਡਰਾਵਾ ਦੇ ਦੇਣਾ। ਹੁਣ ਅਕਾਲੀ ਦਲ ਬਾਦਲ ਕਿੱਦਾਂ ਕਰਦਾ ਵੀ ਕਾਂਗਰਸ ਆ ਜਾਊਗੀ, ਫਿਰ ਠੀਕ ਆ, ਮੁੜ ਕੇ ਫਿਰ 84 ਅਟੈਕ ਹੋਊਗਾ, ਫਿਰ ਠੀਕ ਆ, ਠੀਕ ਹੈ, ਫਿਕਲੇ ਕਹਿੰਦੇ ਨਾ ਨਾ ਕਾਂਗਰਸ ਨੀ ਆਉਣ ਦੇਣੀ, ਠੀਕ ਹੈ, ਪੰਥ ਪੰਥ ਦਾ ਝੰਡਾ ਚੱਲੂ, ਹਾਂ ਠੀਕ ਆ ਵੀ ਆਪਾਂ ਚਲੋ ਦੋ ਚਾਰ ਮਿੰਟ ਹੋਰ ਸੁਣਦੇ ਹਾਂ ਤੇ ਫਿਰ ਆਪਾਂ ਬ੍ਰੇਕ ਦਾ ਟਾਈਮ ਹੋ ਜਾਂਦਾ। ਕਿੰਨਾ ਔਖਾ ਹੈ ਖੰਡੇ ਦੀ ਧਾਰ ਤੇ ਤੁਰਨਾ ਮੀਡੀਆ ਦਾ ਕੰਮ। ਉਹਨਾਂ ਦੇ ਵਿੱਚੋਂ ਜ਼ਿਆਦਾਤਰ ਉਹ ਲੋਕ ਸਨ, ਕੁਝ ਕੁ ਲੋਕ ਜਿਨ੍ਹਾਂ ਬਾਰੇ ਮੈਨੂੰ ਪਤਾ ਹੈ ਕਿ ਜਿਨ੍ਹਾਂ ਦਾ ਸਿਰਫ ਇਹ ਕੰਮ ਸੀ ਕਿ ਚਲੋ ਪਾਰਟੀ ਦੇ ਬਹਾਨੇ ਜਿੱਥੇ ਪਾਰਟੀ ਜਾਇਆ ਕਰਾਂਗੇ, ਖਾਣ ਪੀਣ ਨੂੰ ਤਾਂ ਮਿਲੂ। ਬੜਾ ਹੈਰਾਨ ਹੋਇਆ ਤੇ ਬਾਅਦ ਦੇ ਵਿੱਚ ਪਤਾ ਲੱਗਾ ਕਿ ਇੱਥੇ ਬਸ ਨਹੀਂ ਬਲਕਿ ਉਹ ਲੋਕ ਇਹਨਾਂ ਨੇ ਉਹਦੇ ਵਿੱਚ ਲਿਆਂਦੇ ਨੇ, ਜਿਵੇਂ ਇੰਡੀਆ ਦੇ ਵਿੱਚ ਜ਼ਿਕਰ ਕਰਦੇ ਸੀ ਕਿ ਇਹ ਤਾਂ ਚੱਟੇ ਦੇ ਵਪਾਰੀ ਨੇ। ਆਮ ਕਰਕੇ ਕਿਹਾ ਜਾਂਦਾ ਕਿ ਇਹ ਤਾਂ ਰੇਤਾ ਖਾ ਗਏ, ਬਜਰੀ ਖਾ ਗਏ, ਪੰਜਾਬ ਨੂੰ ਕੰਗਾਲ ਕਰ ਦਿੱਤਾ। ਇੱਥੇ ਵੀ ਉਹੀ ਹਾਲ ਹੋਇਆ ਕਿ ਉਹ ਲੋਕ ਜਿਹੜੇ ਬਕਾਇਦਾ ਡਰੱਗਸ ਦੇ ਵਿੱਚ ਜੇਲ੍ਹਾਂ ਦੇ ਵਿੱਚ ਇਨਵੋਲਵ ਰਹੇ ਨੇ, ਉਹਨਾਂ ਲੋਕਾਂ ਨੂੰ ਚੱਕ ਕੇ ਜਥੇਦਾਰੀ ਸੰਭਾਲਤੀ, ਲਓ ਜੀ ਤੁਸੀਂ ਜਥੇਦਾਰ ਹੋ ਤੇ ਗਾਂ ਨੂੰ ਸੰਭਾਲਿਓ। ਜਦੋਂ ਮੈਂ ਸਰਦਾਰ ਮਨਜਿੰਦਰ ਸਿੰਘ ਸਰਸਾ ਦੀ ਗੁਰਦੁਆਰਾ ਸਾਹਿਬ ਗਿਆ, ਕਿਉਂਕਿ ਸਾਡੇ ਪ੍ਰੈਸ ਕਲੱਬ ਦੇ ਵਿੱਚ ਆਮ ਕਰਕੇ ਹੁੰਦਾ ਹੈ, ਜਿਹੜੇ ਮਨਜਿੰਦਰ ਸਿੰਘ ਸਰਸਾ ਆ, ਸਿਰਸਾ ਸਿਰਸਾ ਹੋਣਾ ਉਹ, ਸਿਰਸਾ, ਹਾਂਜੀ ਸਰਸਾ ਨੀ ਹੋਣਾ, ਨਹੀਂ ਸਰਸਾ ਨੀ, ਸਿਰਸਾ ਹੈ ਸ਼ਾਇਦ, ਹਨਾ, ਹਾਂ। ਅੱਛਾ, ਜਿਹੜਾ ਮਨਜਿੰਦਰ ਸਿੰਘ ਸਿਰਸਾ ਆ, ਮਨਜੀਤ ਸਿੰਘ ਜੀ ਕੇ ਆ, ਹੁਣ ਮਸਲਾ ਤਾਂ ਇਹ ਆ ਵੀ ਉਹ ਆਏ ਆ, ਇਹ ਉਹਨਾਂ ਦੇ ਹੱਕ ਚ ਬੋਲਿਆ, ਲੋਕ ਭੜਕ ਗਿਆ, ਇਹ ਮਸਲਾ ਹੈ ਨਾ, ਹਨਾ। ਹੁਣ ਇਹ ਬਹਾਨਾ ਇਹ ਕਰ ਰਿਹਾ ਆ ਵੀ ਦੇਖੋ ਜੀ ਵੀ ਜਿਹੜੇ ਬੰਦੇ ਇੱਥੇ ਅਕਾਲੀ ਦਲ ਦੇ ਬਣੇ ਸੀ ਤੇ ਉਹ ਚੱਕੇ ਚਿੱਟੇ ਵਾਲੇ ਜਿਹੜੇ ਸੀਗੇ, ਹਨਾ। ਹੁਣ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਿਕਰਮ ਮਜੀਠੀਆ ਉਹਨਾਂ ਨੂੰ ਬਣਾਇਆ, ਉਹਨਾਂ ਨੇ ਕੈਨੇਡਾ ਚ ਬਣਾਏ ਹੋਣੇ ਆ, ਬਿਲਕੁਲ ਠੀਕ ਆ। ਹੁਣ ਜਿਹੜੇ ਪੰਜਾਬ ਚ ਬਣਾ ਰਹੇ ਆ, ਮਨਜੀਤ ਸਿੰਘ ਜੀ ਕੇ ਤੇ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਖਾਸ ਆ, ਉਹਨਾਂ ਨੂੰ ਬਚਾਉਣਾ ਚਾਹੁੰਦਾ, ਤੂੰ ਦੂਜਿਆਂ ਨੂੰ ਬਣ ਰਿਹਾ ਹੈ, ਉਹਦੀ ਸੈਂਸ ਨੀ ਬਣਦੀ ਗੱਲ ਦੀ ਕੋਈ। ਜੇ ਤੂੰ ਗੱਲ ਕਰਨੀ ਵੀ ਆ, ਜਿਹੜੀ ਜਿਹੜਾ ਤੇਰਾ ਪੱਖ ਆ ਉਹਨੂੰ ਸਟਰੋਂਗ ਕਰਦੀ ਹੋਵੇ ਗੱਲ, ਜਾਂ ਤਾਂ ਇੱਕ ਹੋਰ ਵੱਖਰਾ ਤੁਹਾਡਾ ਹੋਵੇ। ਮਨਜਿੰਦਰ ਸਿੰਘ ਸਿਰਸਾ ਜਿਨ੍ਹਾਂ ਦੇ ਨਾਲ ਆ, ਉਹਨਾਂ ਤੋਂ ਉਲਟਾ ਤੁਹਾਡਾ ਹੋਵੇ ਜਿਹੜਾ ਯੂਥ ਅਕਾਲੀ ਦਲ ਆ, ਫਿਰ ਤੂੰ ਦਲੀਲ ਦੇ ਸਕਦਾ। ਜਦੋਂ ਮਨਜਿੰਦਰ ਸਿੰਘ ਸਿਰਸਾ ਉਹਨਾਂ ਦੇ ਜਿਹੜੇ ਕਰਤਾ ਧਰਤਾ ਆ, ਉਹੀ ਉਹ ਜਿਹੜੇ ਚਿੱਟੇ ਦੇ ਵਪਾਰੀ ਆ ਕੈਨੇਡਾ ਵਿੱਚ ਯੂਥ ਅਕਾਲੀ ਦਲ ਵਾਲੇ, ਉਹਦੇ ਕਰਤਾ ਧਰਤਾ ਆ, ਫਿਰ ਤੇਰੀ ਗੱਲ ਦੀ ਕੋਈ ਸੈਂਸ ਨਹੀਂ। ਫਿਰ ਤਾਂ ਅਗਲਾ ਕਹੂਗਾ ਵੀ ਜਦੋਂ ਤੈਨੂੰ ਪਤਾ ਲੱਗ ਗਿਆ ਵੀ ਚਿੱਟਾ ਵੇਚਣ ਵਾਲੇ ਅਕਾਲੀ ਦਲ ਨੇ ਬਣਾ ਤੇ ਯੂਥ ਵਿੰਗ ਵਾਲੇ, ਤੇ ਤੂੰ ਮਨਜਿੰਦਰ ਸਿੰਘ ਸਿਰਸੇ ਉਹਨਾਂ ਨੂੰ ਕਿਉਂ ਚੱਕੀ ਫਿਰਦਾ ਤੂੰ, ਇਹ ਤਾਂ ਬੰਦੇ ਇਕੱਠੇ ਆ, ਇਹ ਦੋਨਾਂ ਦਾ ਸੇਮ ਏਜੰਡਾ ਚੱਲਦੇ ਆ, ਫਿਰ ਤੂੰ ਇਕੱਠੇ ਕਾਹਨੂੰ ਕਰੀ ਜਾਂਦਾ, ਫਿਰ ਤੂੰ ਕਿਉਂ ਕਰ, ਜਾਨੀ ਸੈਂਸ ਨੀ ਬਣਦੀ ਗੱਲ ਦੀ ਕੋਈ, ਹਨਾ। ਚਲੋ ਆਪਾਂ ਜੀ ਬ੍ਰੇਕ ਲੈ ਲਈਏ ਪਹਿਲਾਂ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਇਹਨਾਂ ਦੇ।